ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਸੀ ਟੀਵੀ ਮੈਂ ਹਾਂ ਸੰਜੀਵ ਯਸ਼ ਖੰਨਾ ਤੁਹਾਡਾ ਸਵਾਗਤ ਪੰਜਾਬ ਫੋਕਸ ਦੇ ਵਿੱਚ ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਦਕਾਰ ਸਿੰਘ ਪੰਜਾਬ ਮਿਲ ਯੂਐਸਸੀ ਟੀਵੀ ਚੈਨਲ ਦੇ ਪਿਆਰੇ ਦਰਸ਼ਕੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਉਹਨਾਂ ਮੁੱਦਿਆਂ ਨਾਲ ਜੋੜਦੇ ਹਾਂ ਜਿਹੜੇ ਬਿਲਕੁਲ ਪੱਕਦੇ ਨੇ ਪੰਜਾਬ ਦੇ ਵਿੱਚ ਵੀ ਜ਼ਿਆਦਾਤਰ ਪੰਜਾਬ 'ਚ ਔਰ ਨਾਲ ਦੇ ਪड़ोसी ਦੇਸ਼ਾਂ ਪ੍ਰਦੇਸ਼ਾਂ ਵਿੱਚ ਤੇ ਰੋਜ਼ ਦੀ ਤਰ੍ਹਾਂ ਮੇਰੇ ਨਾਲ ਬੈਠੇ ਨੇ ਸੰਜੀਵ ਜਯਸ਼ ਖੰਨਾ ਜੀ ਤੇ ਖਾਨਾ ਜੀ ਉਹ ਮੁੱਦਾ ਸਾਂਝਾ ਕਰੀਏ ਆਪਣੇ ਦਰਸ਼ਕਾਂ ਨਾਲ ਜਿਹੜਾ ਇਸ ਵੇਲੇ ਬਿਲਕੁਲ ਪੱਕ ਵੀ ਰਿਹਾ ਔਰ ਉਸ ਮੁੱਦੇ ਤੇ ਨਜ਼ਰਾਂ ਨੇ ਸਾਡੇ ਸਾਰੇ ਦਰਸ਼ਕਾਂ ਦੀ ਬਿਲਕੁਲ ਅਮਰੀਕਾ ਦੇ ਦਖਲ ਦੀ ਮੰਗ ਕੀਤੀ ਜਾ ਰਹੀ ਹੈ ਜੀ ਕਿਉਂਕਿ ਪਾਰਤ ਦਾ ਕਹਿੰਦੇ ਨੇ ਖਦਸ਼ਾ ਹੈ ਕਿ ਚੀਨ ਜਾਂ ਪਾਕਿਸਤਾਨ ਨਾਲ ਜੰਗ ਹੋਣ ਦਾ ਹੂੰ ਉਹਨੇ ਜੰਗ ਦੇ ਅਸਾਰ ਕਿਉਂ ਬਣੇ ਕਿਉਂ ਇੱਕ ਖਦਸ਼ਾ ਬਣਿਆ ਹੋਇਆ ਤੇ ਅਮਰੀਕਾ ਇਹਦੇ ਚ ਕਿਹੜਾ ਭੂਮਿਕਾ ਨਿਭਾ ਸਕਦਾ ਹੈ ਕਿਹੜਾ ਰੋਲ ਅਦਾ ਕਰ ਸਕਦਾ ਹੈ ਇਸ ਬਾਰੇ ਆਪਾਂ ਦਰਸ਼ਕਾਂ ਨਾਲ ਗੱਲਬਾਤ ਕਰੀਏ ਇਹ ਵੈਸੇ ਗੱਲ ਸਨ 47 ਤੋਂ ਲੈ ਕੇ ਹੁਣ ਤੱਕ ਇਹ ਖਦਸ਼ਾ ਬਣੀ ਰਹੀ ਆ ਔਰ ਇੱਕ ਦੋ ਲੜਾਈਆਂ ਹੋਈਆਂ ਵੀ ਆ ਪਾਕਿਸਤਾਨ ਨਾਲ ਚైనా ਨਾਲ ਵੀ ਹੋਈਆਂ ਇਹਨਾਂ ਦਾ ਆਪਸੀ ਜਿਹੜਾ ਗਰੁੱਪ ਆ ਇਹ ਬਿਲਕੁਲ ਤਿਆਰ ਰਹਿੰਦਾ ਲੜਾਈ ਲਈ ਔਰ ਉਹਦੇ ਵਿੱਚ ਬਹੁਤ ਭਰੀ ਇਹਨਾਂ ਨੇ ਮੂੰਹ ਤੋੜੋ ਜਵਾਬ ਦਿੱਤਾ ਉਹਨਾਂ ਦੇ ਦੰਦ ਖੱਟੇ ਕੀਤੇ ਆ ਦੋਨਾਂ ਦੇਸ਼ਾਂ ਦੇ ਔਰ ਉਹਦੇ ਵਿੱਚ ਇੱਕ ਰੈਗੀਕ ਜਿਹੜਾ ਸਰਹੱਦ ਸਰਹੱਦ ਤੋਂ ਕੁਝ ਹਿੱਸਾ ਜਿਹੜਾ ਉਹਨਾਂ ਨੇ ਕਬਜ਼ਾ ਕੀਤਾ ਸੀ ਚైనా ਨੇ ਉਹ ਉਹਦੇ ਵਿੱਚ ਆਪਣਾ ਕਬਜ਼ਾ ਜਮਾ ਕੇ ਬੈਠਾ ਰਿਹਾ ਉਹ ਨਹੀਂ ਸੀ ਦਿੱਤਾ ਇਹਨਾਂ ਨੇ ਯੂਨੋ ਨੇ ਵਿੱਚ ਦਖਲ ਅੰਦਾਜ਼ੀ ਕੀਤੀ ਔਰ ਜਦੋਂ ਸੀਜ਼ਫਾਇਰ ਹੋਇਆ ਇਹ ਸਨ 1962 ਦੀ ਲੜਾਈ ਦੇ ਵਿੱਚ ਹੋਇਆ ਫਿਰ 71 ਦੀ ਲੜਾਈ ਫਿਰ ਪਾਕਿਸਤਾਨ ਨਾਲ ਲੱਗੀ ਜਿੱਥੇ ਬੰਗਲਾਦੇਸ਼ ਅਲਾਦਾ ਹੋ ਗਿਆ ਔਰ ਜੰਮੂ ਕਸ਼ਮੀਰ ਜੈਂਡ ਕੇ ਦਾ ਮਸਲਾ ਮਕਬੂਜ਼ਾ ਕਸ਼ਮੀਰ ਦਾ ਮਸਲਾ ਪਾਕਿਸਤਾਨ ਨਾਲ ਅਜੇ ਤੱਕ ਪੂਰਾ ਸੁਲਝਿਆ ਨਹੀਂ ਉਹ ਆਪਣਾ ਅਧਿਕਾਰ ਉੱਥੇ ਰੱਖਦਾ ਇੰਡੀਆ ਆਪਣਾ ਅਧਿਕਾਰ ਉੱਥੇ ਰੱਖਦਾ ਇਹ ਜਾਣ ਬੁੱਝ ਕੇ ਜਦੋਂ ਅੰਗਰੇਜ਼ਾਂ ਨੇ ਇਹ ਗੱਲ ਸ਼ੁਰੂ ਕਰ ਰੱਖੀ ਹੈ ਕਿ ਇਹਨਾਂ ਦਾ ਆਪਸੀ ਸ਼ਾਂਤੀ ਨਾ ਰਹੇ ਇੱਕ ਐਸਾ ਸਟੈਂਡ ਕਰ ਦੋ ਇੱਥੇ ਗੱਲ ਕਿ ਉਹਦੇ ਤੇ ਲੜਦੇ ਰਹਿਣ ساری ਉਮਰ ਹੁਣ ਇਹਦੇ ਤੱਕ ਵੀ ਸਾਨੂੰ ਉਹਦੀ ਵੰਡ ਵੰਡਾਈ ਦਾ ਪਤਾ ਲੱਗਾ ਕਿ ਕਿੰਨਾ ਹਿੱਸਾ ਕਸ਼ਮੀਰ ਦਾ ਸਾਡੇ ਕੋਲ ਕਿੰਨਾ ਹਿੱਸਾ ਪਾਕਿਸਤਾਨ ਕੋਲ ਜੀ ਉਹਦੇ ਤੋਂ ਹੀ ਹਮੇਸ਼ਾ ਲੜਾਈ ਹੁੰਦੀ ਆ ਪੁਲਵਾਮਾ ਦੇ ਵਿੱਚ ਕਿੰਨੇ ਸ਼ਹੀਦ ਕਰਤੇ ਕਾਰਵਾਈ ਤੇ ਬੰਬਾਰਡਮੈਂਟ ਕਰਕੇ ਉਸ ਤੋਂ ਬਾਅਦ ਜਿਹੜੀ ਕਾਰਗਿਲ ਦੀ ਲੜਾਈ ਰਹੀ ਇਹਨਾਂ ਨਾਲ ਉਹਦੇ ਵਿੱਚ ਵੀ ਬਹੁਤ ਬੁਰਾ ਹਾਲ ਰਿਹਾ ਜਦੋਂ ਜਦੋਂ ਨਵਾਜ਼ ਸ਼ਰੀਫ ਸੀਗੇ ਔਰ ਉਹਦੇ ਵਿੱਚ ਮੁਸ਼ਰਫ ਜੀ ਉਹ ਤਾਂ ਆਰਮੀ ਦੇ ਕਮਾਂਡਰ ਸੀਗੇ ਉਹਦਾ ਵੀ ਪਤਨ ਲੱਗਾ ਕਮਾਂਡਰ ਜਿਹੜੇ ਉਹਨਾਂ ਨੇ ਆਪੇ ਹੀ ਐਲਾਨ ਕਰ ਦਿੱਤਾ ਮੁਸ਼ਰਫ ਨੂੰ ਜਿਹੜਾ ਪਤਾ ਸੀ ਕਿ ਕੈਸੀ ਸ਼ਾਇਦ ਜਿੱਤੀ ਜਾਏ ਪਰ ਜਿੱਤਣ ਦੀ ਉਹਨਾਂ ਦੀ ਉੱਥੋਂ ਤੱਕ ਨਹੀਂ ਪਹੁੰਚ ਰਹੀ ਪਰ ਇਹ ਹਮਾਇਤ ਹਮੇਸ਼ਾ ਚైనా ਪਾਕਿਸਤਾਨ ਦੀ ਕਰਦਾ ਆ ਰਿਹਾ ਔਰ ਪਾਕਿਸਤਾਨ ਵਿੱਚ ਜਿਹੜਾ ਸਾਡਾ ਨਾਲ ਬਾਉਂਡਰੀ ਸਰਾਦ ਲੱਗਦੀ ਹੈ ਚైనా ਦੀ ਵੀ ਲੱਗਦੀ ਹੈ ਉਹਦੇ ਨਾਲ ਇਹ ਤਤਪਰ ਰਹਿੰਦੇ ਆ ਤਿਆਰ ਰਹਿੰਦੇ ਆ ਕਿ ਕੋਈ ਨਾ ਕੁਝ ਮੁੱਦਾ ਛੇੜੀਏ ਤੇ ਲੜਾਈ ਹੋਵੇ ਔਰ ਇਹਦੇ ਪਿੱਛੇ ਅਮਰੀਕਾ ਤਾਂ ਹਮੇਸ਼ਾ ਰਿੰਦਾ ਅਗਲੀ 1965 ਦੀ ਜੰਗ ਚ ਸਾਰੇ ਜਿਹੜੇ ਸਾਡੇ ਫੌਜੀ ਮਹਾਰ ਨੇ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਆਪ ਰੋਕੇ ਪੈਂਟਨ ਟੈਂਕ ਜਿਹੜੇ ਅਮਰੀਕਾ ਨੇ ਦਿੱਤੇ ਸੀ ਔਰ ਉਹਦੇ ਵਿੱਚ ਬੜਾ ਉਹਨਾਂ ਨੇ ਨੁਕਸਾਨ ਕੀਤਾ ਪੂਰੇ ਪੰਜਾਬ ਦਾ ਔਰ ਪੈਂਟਨ ਟੈਕ ਬਿਲਕੁਲ ਵਾਗਾ ਬਾਰਡਰ ਤੱਕ ਜਦੋਂ ਆਏ ਆ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਮੋੜਿਆ ਔਰ ਉਹਨਾਂ ਨੂੰ ਜਦੋਂ ਗੋਲੀ ਲੱਗਦੀ ਸਭ ਕੁਝ ਉਹਨਾਂ ਨੂੰ ਅੱਗ ਲੱਗ ਜਾਂਦੀ ਸੀ ਅੱਗ ਲੱਗਣ ਨਾਲ ਨਾਲ ਦਾ ਏਰੀਆ ਸੜ ਜਾਂਦਾ ਸਾਰਾ ਕੁਝ ਔਰ ਉਹਨੂੰ ਜੰਗੀ ਬੀੜਾ ਅਮਰੀਕਾ ਨੇ ਇਹਨਾਂ ਨੂੰ ਕਹਤਾ ਕਿ ਅਸੀਂ ਜੰਗੀ ਬਿੜਾ ਤੁਹਾਨੂੰ ਦੇਵਾਂਗੇ ਸਾਡੇ ਉਹਦੇ ਵਿੱਚ ਸਾਰੇ ਲੈਸ ਹੁੰਦੇ ਹਥਿਆਰ ਮਜ਼ਾਈਲਾ ਵੀ ਉੱਚੋਂ ਚਲਦੀਆਂ ਬੰਬ ਵੀ ਉੱਚੋਂ ਚਲਦੇ ਆ ਫੌਜੀ ਉੱਚੋਂ ਨਿਕਲਦੇ ਆ ਉਹ ਇਹਨਾਂ ਨੇ ਕਹਤਾ ਸੀ ਉਦੋਂ ਔਰ ਸਾਡੀਆਂ ਫੌਜਾਂ ਤਾਂ ਬਹੁਤ ਦੂਰ ਤੱਕ ਚੱਲ ਗਈਆਂਗੇ ਅੰਦਰ ਪਾਕਿਸਤਾਨ ਦੇ ਕਿਉਂਕਿ ਸਾਡੇ ਕੋ ਪਾਵਰ ਜਿਹੜੀ ਇੰਡੀਆ ਕੋਲ ਹੈ ਜਿਆਦਾ ਉਹਨਾਂ ਨਾਲੋਂ ਉਹਨਾਂ ਕੋ ਨਫਰੀ ਵੀ ਜਿਆਦਾ ਫੌਜੀ ਸਾਡੇ ਕੋ ਜਿਆਦਾ ਔਰ ਉਹਦੇ ਵਿੱਚ ਬਹੁਤ ਸਿੱਖ ਰੈਜiment ਜਿਹੜੀਆਂ ਐਂਟਰੀ ਕਰ ਗਈਆਂ ਉਦੋਂ ਤੱਕ ਸਿਆਲਕੋਟ ਤੋਂ ਅੱਗੇ ਤੱਕ ਚੱਲ ਗਈਆਂ ਸੀ ਔਰ ਉਦੋਂ ਉਹ ਲੜਾਈ 65 ਦੀ ਨੇ ਵੀ ਬੜਾ ਨੁਕਸਾਨ ਕੀਤਾ ਪੂਰੇ ਪੰਜਾਬ ਦਾ ਖਾਸ ਕਰਕੇ ਪੰਜਾਬ ਦਾ ਨੁਕਸਾਨ ਇਸ ਕਰਕੇ ਹੁੰਦਾ ਕਿ ਅਸੀਂ ਹਾਦ ਤੇ ਬੈਠੇ ਹਾਂ ਜਦੋਂ ਵੀ ਲੜਾਈ ਹੁੰਦੀ ਹੈ ਪਾਕਿਸਤਾਨ ਨਾਲ ਜਦੋਂ ਵੀ ਹੁੰਦਾ ਚਾਹੇ ਉਹਨਾਂ ਨੇ ਦਿੱਲੀ ਪਹੁੰਚਣਾ ਜਿੱਧਰ ਨੂੰ ਜਾਣਾ ਵਾਇਆ ਪੰਜਾਬ ਹੀ ਜਾਣਗੇ ਪਰ ਪੰਜਾਬ ਦੇ ਜੰਗ ਜੂ ਲੜਾਕੂ ਇੰਨੇ ਨੇ ਕਿ ਇਹ ਮੂੰਹ ਤੋੜਵਾ ਜਵਾਬ ਦਿੰਦੇ ਆ ਔਰ ਉਹ ਜਿਹੜੀ ਤੁਸੀਂ ਗੱਲ ਕੀਤੀ ਆ ਅਮਰੀਕਾ ਦੀ ਅਮਰੀਕਾ ਦੇ ਵਿੱਚ ਵੀ ਤਾਂ ਉਹਨਾਂ ਨੂੰ ਇਹ ਹੁੰਦਾ ਕਿ ਉਹ ਉਹਨਾਂ ਨੇ ਕੰਟਰੋਲ ਕਰ ਲਈ ਕਹਿਣਾ ਪਰ ਇੱਕ ਸੌਣਾ ਹੁੰਦਾ ਉਹਨਾਂ ਨੇ ਇਸ ਕਰਕੇ ਇੱਕ ਸੌਣਾ ਹੁੰਦਾ ਕਿ ਉਹਨਾਂ ਦੇ ਹਥਿਆਰ ਕੁਝ ਪਾਕਿਸਤਾਨ ਨੂੰ ਵੇਚਣਗੇ ਕੁਝ ਇੰਡੀਆ ਨੂੰ ਵੇਚਣਗੇ ਤੇ ਚੈਨਾ ਜਿਹੜਾ ਹੈਗਾ ਉਦੋਂ ਨਾਲ ਜੇ ਹਮਾਇਤ ਕੀਤੀ ਪਾਕਿਸਤਾਨ ਦੀ ਤੇ ਫਿਰ ਜੰਗ ਜਿਹੜੀ ਆ ਉਹ ਵੱਡੀ ਲੱਗੂਗੀ ਕੁਝ ਹਮਾਇਤੀ ਸਾਡੇ ਆ ਜਾਣਗੇ ਇੰਡੀਆ ਦੇ ਕੁਝ ਹਮਾਇਤੀ ਉਹਨਾਂ ਦੇ ਆ ਜਾਣਗੇ ਫਿਰ ਬੰਬਾਰਡਮੈਂਟ ਜੰਮ ਕੇ ਹੋਗੀ ਹੁਣ ਫੌਜੀਆਂ ਦੀ ਲੜਾਈ ਜਿਹੜੀ ਪੈਦਲ ਲੜਾਈ ਨਹੀਂ ਰਹੇਗੀ ਹੁਣ ਤਾਂ ਜਿੱਥੋਂ ਹੋ ਗਿਆ ਮਾਈਨਾਂ ਚੱਲੀਆਂ ਜਿੱਥੋਂ ਰਡਾਰ ਚੱਲੇ ਜਿੱਥੋਂ ਚਰਾਇਆ ਉਹਨਾਂ ਨੇ ਪਰਮਾਣੂ ਬੰਬ ਚੱਲੇ ਤਬਾਹੀ ਪੂਰੀ ਹੋਊਗੀ ਪਰ ਇਹਦੇ ਵਿੱਚ ਸੰਕੋਚ ਕਰਨਾ ਚਾਹੀਦਾ ਹੈ ਇਹਨਾਂ ਦੋਹਾਂ ਦੇਸ਼ਾਂ ਨੂੰ ਕਿਉਂਕਿ ਤੇ ਇੱਕ ਵੱਡਾ ਪਰਾ ਤੇ ਇੱਕ ਛੋਟਾ ਪਰਾ ਆਏਗਾ ਜੇ ਆਪਸੀ ਲੜਾਈ ਕਿ ਰੱਖਣਗੇ ਤੇ ਸ਼ਰੀਕਾ ਭਾਈਚਾਰਾ ਟੁੱਟ ਜਾਊ ਹੁਣ ਦੇਖੋ ਪਾਕਿਸਤਾਨ ਦਾ ਹਾਲ ਦੇਖੋ ਕੀ ਹੈ ਜੀ ਜੀ ਹਾਂ ਰੋਟੀ ਦਾ ਕੀ ਮਸਲਾ ਹੈ ਸਹੀ ਗੱਲ ਜ਼ਰੂਰੀ ਚੀਜ਼ਾਂ ਮੁੱਢਲੀ ਜ਼ਰੂਰਤਾਂ ਦਾ ਕੀ ਮਸਲਾ ਹੈ ਉਧਰ ਧਿਆਨ ਨਹੀਂ ਨਾ ਤੁਸੀਂ ਜੰਗ ਲੜਨ ਦੁਰ ਪਏ ਹੋ ਹਾਂ ਕਿਹਦੇ ਭਰੋਸੇ ਹਾਂ ਚਾਈਨਾ ਦੇ ਭਰੋਸੇ ਹੂੰ ਚਾਈਨਾ ਤੁਹਾਡਾ ਕਿਤੇ ਤੱਕ ਸਾਥ ਦੇਗਾ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਔਰ ਤੁਹਾਨੂੰ ਪਤਾ ਵੀ ਹੈ ਕਿ ਇਹ ਕੋਟਨੀਤੀ ਹੈ ਚਾਈਨਾ ਤੁਹਾਡਾ ਇਸਤੇਮਾਲ ਕਰ ਰਿਹਾ ਹੈ ਬਿਲਕੁਲ ਉਹਨੇ ਇਸਤੇਮਾਲ ਕਰਨਾ ਹੈ ਹਾਂ ਅੱਗੇ ਤੁਹਾਨੂੰ ਕਰਕੇ ਉਹਨੇ ਆਪਣਾ ਪਿੱਛੋਂ ਜਿਹੜਾ ਵੀ ਕੰਮ ਕਰਨਾ ਲੜਾਈ ਦਾ ਜਾਂ ਜੋ ਵੀ ਹੋਰ ਕੋਈ ਕੰਮ ਕਰਨਾ ਹੈ ਉਹਨੇ ਕਰਨਾ ਕਿਉਂਕਿ ਚੀਨ ਦੀਆਂ ਨੀਤੀਆਂ ਕਦੀ ਵੀ ਕਿਸੇ ਨਾਲ ਸੁਖਾਵੀਆਂ ਨਹੀਂ ਰਹੀਆਂ ਇਕਲੌਤਾ ਦੇਸ਼ ਆ ਪੂਰੀ ਦੁਨੀਆ ਦੇ ਵਿੱਚ ਆ ਜਿੱਦੇ ਕਿਸੇ ਨਾਲ ਸਬੰਧ ਚੰਗੇ ਨਹੀਂ ਨਹੀਂ ਅچھے ਸਬੰਧ ਜਿੰਨੇ ਵੀ ਫੋਰਨਰ ਇਹਨਾਂ ਦੇ ਬਾਹਲੇ ਦੇ ਵਿਦੇਸ਼ੀ ਸਬੰਧ ਕਿਸੇ ਨਾਲ ਅچھے ਨਹੀਂ ਔਰ ਰਸ਼ੀਆ ਨਾਲ ਪਤਾ ਨਹੀਂ ਕਿਵੇਂ ਬਣਦੀ ਹੈ ਉਹ ਸ਼ਾਇਦ ਪੁਰਾਣੇ ਕਮਿਨਿਸਟ ਸਬੰਧ ਨੇ ਪਰ ਰਸ਼ੀਆ ਦੇ ਵਿੱਚ ਵੀ ਤੇ ਚਾਈਨਾ ਦੇ ਵਿੱਚ ਵੀ ਜਿਹੜਾ ਕਮਿਨਿਸਟ ਮਾਡਲ ਹੈ ਉਹ ਨਹੀਂ ਹੈ ਜੋ ਕਾਲ ਮਾਰਕਸ ਦਾ ਮਾਡਲ ਹੈ ਨਾ ਇਹ ਸਾਰਾ ਸਾਰਾ ਕੈਪੀਟਲਿਸਟ ਮਾਡਲ ਹੈ ਔਰ ਕੈਪੀਟਲਿਸਟ ਮਾਡਲ ਨੂੰ ਇਹ ਲੋਗ ਨਾਮ ਦਿੰਦੇ ਨੇ ਕਿ ਹਿਊਮਨਿਸਟ ਮਾਡਲ ਹੈ ਕੁਝ ਨਹੀਂ ਹੈ ਮਤਲਬ ਪੂਰਾ ਪ੍ਰੈਸ਼ਰਾਈਜ਼ ਜ਼ੋਰ ਔਰ ਜਨਤਾ ਨੂੰ ਪੂਰਾ ਦਬਾ ਕੇ ਰੱਖਿਆ ਜਾਂਦਾ ਹੈ ਅਸਲੀ ਗੱਲ ਕਦੀ ਬਾਹਰ ਨਹੀਂ ਆਣ ਦਿੱਤੀ ਜਾਂਦੀ ਸੋਸ਼ਲ ਮੀਡੀਆ ਦੇ ਉੱਤੇ ਕੰਟਰੋਲ ਹਰ ਚੀਜ਼ ਦੇ ਉੱਤੇ ਕੰਟਰੋਲ ਮੀਡੀਆ ਦਾ ਪੂਰਾ ਕੰਟਰੋਲ ਚਾਈਨਾ ਦੀ ਕੋਈ ਗੱਲ ਬਾਤ ਨਹੀਂ ਆਏਗੀ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਉੱਥੇ ਅੰਦਰ ਹੁੰਦਾ ਕੀ ਪਿਆ ਪਤਾ ਨਹੀਂ ਕਿਤੇ ਕੋਈ ਕਲ ਲੀਕ ਹੋ ਜਾਵੇ ਤੇ ਲੀਕ ਹੋ ਜਾਵੇ अदरवाइज ਨਹੀਂ ਪਤਾ ਲੱਗਦਾ ਸੋ ਇੰਨਾ ਟਫ ਹੈ ਉੱਥੇ ਜੀਵਨ ਸੋ ਉਹਨਾਂ ਨੇ ਤੁਹਾਨੂੰ ਇਸਤੇਮਾਲ ਕਰਨਾ ਔਰ ਤੁਸੀਂ ਆਪਣਾ ਦੇਖੋ ਤੁਹਾਡੇ ਮਤਲਬ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਭਾਰਤ ਤੁਹਾਡੀ ਮਦਦ ਕਰੇ ਹੂੰ ਜੈ ਸ਼ੰਕਰ ਪ੍ਰਸਾਦ ਜਿਹੜੇ ਸਾਡੇ ਵਿਦੇਸ਼ ਮੰਤਰੀ ਨੇ ਉਹਨਾਂ ਨੂੰ ਵੀ ਪੁੱਛਿਆ ਗਿਆ ਕਿ ਪਾਕਿਸਤਾਨ ਦੀ ਮਦਦ ਇੰਡੀਆ ਕਰੇਗਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਸਿਟੀਜ਼ਨਸ ਦਾ ਆਪਣੇ ਨਾਗਰਿਕਾਂ ਦਾ ਮੂਹਰ ਦੇਖਾਂਗੇ ਸਾਡੀ ਜਨਤਾ ਕੀ ਕਹਿੰਦੀ ਹੈ ਅਸੀਂ ਉਹਦੇ ਮੁਤਾਬਿਕ ਦੇਖਾਂਗੇ ਔਰ ਇਸ ਵਕਤ ਪਾਕਿਸਤਾਨ ਨੂੰ ਕਿੰਨੀ ਮਦਦ ਦੀ ਲੋੜ ਹੈ ਔਰ ਤੁਸੀਂ ਜੰਗ ਬਾਰੇ ਸੋਚਦੇ ਪਏ ਹੋ ਤੁਹਾਡੇ ਦਿਮਾਗ 'ਚ ਇਹ ਗੱਲ ਆਉਂਦੀ ਵੀ ਕਿੱਥੋਂ ਹੈ ਜੰਗ ਵਾਲੀ ਅੱਗੇ ਵੀ ਤੁਸੀਂ ਤਿੰਨ ਚਾਰ جنگਾਂ ਜਿਹੜੀਆਂ ਸਾਡੇ ਨਾਲ ਲੜੀਆਂ ਨੇ ਭਾਵੇਂ ਪ੍ਰੌਕਸੀ ਵਾਰ ਅਤੰਗਵਾਦੀ ਲੜਈ ਹੈ ਭਾਵੇਂ ਸਿੱਧੀਆਂ ਵਾਰਸ ਲੜੀਆਂ ਨੇ ਸਾਰੀਆਂ ਤੁਸੀਂ ਹਾਰੇ ਹੋ ਬੰਗਲਾਦੇਸ਼ ਤੱਕ ਉੱਥੋਂ ਟੁੱਟ ਕੇ ਅਲੱਗ ਹੋਇਆ ਦੇਸ਼ ਵੱਖਰਾ ਟੁੱਟ ਗਿਆ ਉਹਨਾਂ ਦਾ ਅਸਲ ਚ ਇਹ ਪ੍ਰੋਬਲਮ ਇਹ ਰਹੀ ਹੈ ਪਾਕਿਸਤਾਨ ਨਾਲ ਕਿ ਜਿੰਨੀ ਤੁਸੀਂ ਗੱਲ ਕੀਤੀ ਹੈ ਭੁੱਖ ਮਰੀ ਉੱਥੇ ਇੱਥੋਂ ਤੱਕ ਚਲੇਗੀ ਕਿ ਰੋਟੀ ਆਟਾ ਦਾਲ ਔਰ ਉਹਦੇ ਵਿੱਚ ਪੈਟਰੋਲ ਡੀਜ਼ਲ ਜੁੜੀਆਂ ਚੀਜ਼ਾਂ ਹੈਗੀਆਂ ਕੰਪੈਰੀਟਿਵਲੀ ਇੰਡੀਆ ਨਾਲੋਂ ਕਿਤੇ ਜ਼ਿਆਦਾ ਮਹਿੰਗੀਆਂ ਔਰ ਲੋਕਾਂ ਕੋਲ ਬਚਾਰਾ ਕੋ ਰਹਿਣ ਲਈ ਕੋ ਜਗ੍ਹਾ ਨਹੀਂ ਖਾਣ ਲਈ ਕੋਈ ਆਟਾ ਨਹੀਂ ਔਰ ਇਹ ਲੋਕ ਲੜਾਈ ਦੀ ਗੱਲਾਂ ਕਰਦੇ ਆ ਜਿੰਨੇ ਨੀਤੀਬਾਣ ਨੇ ਜਿੰਨੇ ਇਹਨਾਂ ਦੇ ਉੱਥੇ ਨੇਤਾ ਨੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਲੋਕਾਂ ਲਈ ਕੁਝ ਕਰੀਏ ਇਹਨਾਂ ਲੋਕਾਂ ਨੂੰ ਜਿਹੜਾ ਸੀ ਕੋ ਰੋਜ਼ਗਾਰ ਦੇਈਏ ਅਜੇ ਤੱਕ ਤੁਸੀਂ ਉੱਥੇ ਰੇਲਾਂ ਚੱਲਦੀਆਂ ਦੇਖੋ ਕਿਤੇ ਵੀਡੀਓ ਰੇਲ ਜਿਹੜੀ ਇੰਜਣ ਹੈ ਨੀ ਕਿ ਉਹਦੇ ਅੱਗੇ ਖੋਤੇ ਚ ਜੋੜੇ ਆ ਔਰ ਟਰੈਕ ਤੇ ਚੱਲ ਰਹੀ ਹੈ ਉਹ ਬਣਾ ਗਏ ਅੰਗਰੇਜ਼ ਇਹਨਾਂ ਨੂੰ ਤੋੜਿਆ ਬਣਾ ਨਹੀਂ ਸਕੇ ਜਿੱਥੇ ਇੱਥੇ ਹੈਗੀਆਂ ਉਹਨਾਂ ਦੀਆਂ ਟਰੈਕ ਰੇਲਵੇ ਟਰੈਕ ਆ ਗਏ ਉਹ ਅੰਗਰੇਜ਼ਾਂ ਨੇ ਬਣਾਇਆ ਉਸ ਟਾਈਮ ਤੇ ਔਰ ਜਦੋਂ ਲਾਰਡ ਦਲਹੌਜੀ ਵਰਗੇ ਸੀਗੇ ਉ ਜਦੋਂ ਉੱਥੇ ਸਾਰੇ ਇਹ ਅੰਗਰੇਜ਼ ਆਏ ਆ ਜਿਹੜੇ ਨੀਤੀਬਾਨ ਤੇ ਲੋਕ ਸੀਗੇ ਉਹਨਾਂ ਨੂੰ ਉਹ ਸੀ ਪਤਾ ਕਿ ਸ਼ਾਇਦ ਅਸੀਂ ਇੱਥੋਂ ਨਿਕਲਣਾ ਨਹੀਂਗਾ ਔਰ ਉਹਨਾਂ ਨੇ ਐਸੀ ਡਵੈਲਪਮੈਂਟ ਕੀਤੀ ਹੈ ਪਾਕਿਸਤਾਨ ਦਾ ਕੁਝ ਏਰੀਆ ਕਰਾਚੀ ਦਾ ਕੁਝ ਔਰ ਇੰਡੀਆ ਦਾ ਵੀ ਜਿਹੜੀ ਕਲਕਾ ਤੋਂ ਤੁਸੀਂ ਸ਼ਿਮਲਾ ਤੇ ਹਿਮਾਚਲ ਨੂੰ ਜਿਹੜੀ ਟਰੈਕ ਜਾ ਰਿਹਾ ਉਹ ਐਸਾ ਟਰੈਕ ਔਖਾ ਤੇ ਟਿੱਡਾਗਾ ਉਹ ਬਣਾ ਗਏ ਲੋਕ ਤੇ ਸਾਡੇ ਕੋਲ ਅਜੇ ਇੱਥੋਂ ਜਲੰਧਰ ਤੋਂ ਚੰਡੀਗੜ੍ਹ ਤੱਕ ਟਰੈਕ ਨਹੀਂ ਬਣਿਆ ਗੱਲ ਇਹਨੇ ਕਿਹਾ ਕਿ ਦਿਵਾਲਾ ਨਿਕਲਿਆ ਪਿਆ ਸੀ ਜੀ ਜੀ ਬਿਲਕੁਲ ਪਾਕਿਸਤਾਨ ਦਾ ਅ ਇਕਨੋਮੀ ਦਾ ਜੀ ਮਤਲਬ ਕਿਤੋਂ ਕਿਤੋਂ ਹੈਲਪ ਮਿਲਦੀ ਕਦੇ ਕਿਤੋਂ ਹੈਲਪ ਮਿਲਦੀ ਕਦੇ ਕਿਤੋਂ ਹੈਲਪ ਮਿਲਦੀ ਹੁਣ ਜਾ ਕੇ ਜਿਹੜੀ ਰਿਚ ਫੈਮਿਲੀ ਹੈ ਦੁਨੀਆ ਦੀ ਰੌਥ ਚਾਈਲਡਸ ਰੌਥ ਚਾਈਲਡਸ ਕੋਲੋਂ ਮਦਦ ਲੈਣ ਦੀ ਗੱਲ ਕੀਤੀ ਕਿਉਂਕਿ ਹੋਰ ਕਿਤੋਂ ਮਦਦ ਨਹੀਂ ਮਿਲਦੀ ਪਈ ਸੋ ਤੁਸੀਂ ਇਸ ਹਾਲਤ ਤੱਕ ਪਹੁੰਚੇ ਹੋਏ ਹੋ ਤੁਸੀਂ ਜੰਗਵਾਰੇ ਸੋਚ ਵੀ ਗਏ ਸਕਦੇ ਹੋ ਤੁਹਾਨੂੰ ਤੇ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ ਇਹ ਵਿੱਚ ਕਿ ਜਿੰਨਾ ਡਿਫੈਂਸ ਦਾ ਬਜਟ ਹੈਗਾ ਇਹ ਅਮਰੀਕਾ ਦੇ ਰਿਹਾ ਜਿਹੜਾ 16F ਜਹਾਜ਼ ਦਿੱਤੇ ਹੈ ਅਮਰੀਕਾ ਨੇ ਦਿੱਤੇਗੇ ਔਰ ਜਿੰਨਾ ਟੋਟਲ ਬਜਟ ਹੁੰਦਾ ਡਿਫੈਂਸ ਦਾ ਅਮਰੀਕਾ ਦਿੰਦਾ ਇਹਨਾਂ ਕੋ ਤਾਂ ਹੈ ਹੀ ਕੁਝ ਨਹੀਂਗਾ ਔਰ ਇਹਨਾਂ ਨੇ ਕੀ ਲੜਾਈ ਕਰਨੀ ਜਿਸ ਦੇਸ਼ ਵਿੱਚ ਸੂਈ ਨਹੀਂ ਬਣਦੀ ਕੈਂਚੀ ਤੱਕ ਨਹੀਂ ਬਣਦੀ ਉਸ ਦੇਸ਼ ਨੇ ਕੀ ਲੜਨਾ ਲੜੂਗਾ ਉਹ ਦੇਸ਼ ਹੁਣ ਦੇ ਜਮਾਨੇ 'ਚ ਜਿਨ੍ਹਾਂ ਕੋ ਵੈਪਨ ਆਪ ਤਿਆਰ ਕਰਦੇ ਆ ਜਿਨ੍ਹਾਂ ਕੋ ਫੌਜੀ ਜਿਹੜੇ ਆ ਸੈਂਟਿਸਟਸ ਅੱਛੇ ਆ ਜਿਨ੍ਹਾਂ ਕੋ ਜੈਟ ਹੈ ਨਾ ਜਿਨ੍ਹਾਂ ਕੋ ਸਵਰ ਜੈਟਾ ਜਿਨ੍ਹਾਂ ਕੋ ਚਲਾਉਣ ਵਾਲੇ ਜਹਾਜ਼ ਅੱਛੇ ਆ ਉਹ ਤੋਪਾਂ ਨਾਲ ਲੜਾਈ ਹੁੰਦੀ ਆ ਹੁਣ ਬੰਦਿਆਂ ਨਾਲ ਲੜਾਈ ਨਹੀਂ ਹੁੰਦੀ ਉਹਦੇ ਨਾਲ ਤਾਂ ਉੱਥੋਂ ਚਲਾਉਣੀ ਆ ਉੱਥੋਂ ਹੀ ਸਾਰਾ ਕੁਝ ਤੈਚ-ਨਾਸ਼ ਹੁੰਦਾ ਪਰ ਇਸ ਨੁਕਸਾਨ ਦਾ ਦੋਵੇਦਾਰ ਹੈ ਪਾਕਿਸਤਾਨ ਰੋਲ ਦਾ ਤੇ ਚਾਹ। ਦੂਜੀ ਗੱਲ ਅਮਰੀਕਾ ਦੇ ਦਖਲ ਦੀ ਮੰਗ ਕੀਤੀ ਗਈ ਹੈ। ਤੇ ਯੂਕਰੇਨ ਤੇ ਰਸ਼ੀਆ ਦੇ ਵਿੱਚ ਕਿਹੜਾ ਰੋਲਾ ਦਾ ਕੀਤਾ ਹੈ ਅਮਰੀਕਾ ਨੇ। ਉਹ ਕੁਝ ਨਾ ਲੜਾਈ ਪੱਕੀ ਕੰਟੀਨਿਊ ਚੱਲ ਰਹੀ ਹੈ। 10 ਸਾਲ ਦੇ ਨੇੜੇ ਜਿਨੇ ਪ੍ਰੌਕਸੀ ਵਾਰ ਲੜਦੀਆਂ ਪਈਆਂ ਨੇ ਯੂਕਰੇਨ ਨੂੰ ਅੱਗੇ ਕਰਕੇ। ਹਰ ਬੰਦਾ ਸਮਝਦਾ ਹੈ ਕਿ ਰਾਜਨੀਤੀ ਚੱਲਦੀ ਪਈ ਹੈ ਕਿ ਰਣਨੀਤੀ ਚੱਲਦੀ ਪਈ ਹੈ ਕਿ ਕੂਟਨੀਤੀ ਚੱਲਦੀ ਪਈ ਹੈ। ਮੈਨੂੰ ਇਸ ਗੱਲ ਤੇ ਆ ਗਿਆ ਹੱਸਾ ਕਿ ਜਿਹੜੇ ਤੁਸੀਂ ਕਹੇ ਵੀ ਕਿਹੜੇ ਦੇਸ਼ਾਂ ਯੂਕਰੇਨ ਵਾਲੇ ਲੜਾਈ ਨਾ ਬੰਦ ਨਹੀਂ ਕਰਾਈ ਅਮਰੀਕਾ ਨੇ। ਅਮਰੀਕਾ ਜਿੱਥੇ ਚਾਹੁੰ ਕੋਈ ਵੀ ਚੀਜ਼ਾਂ ਬਣਾਉਣ ਲੱਗੇ ਇਹਨੇ ਕਿੰਦਾ ਉਹਦੀ ਫਿਰ ਮੰਡੀ ਖਰਾਬ ਹੋ ਜਣੀ ਹੈ ਉਹਨੂੰ ਤੇ ਇਹ ਹੈਗਾ ਉਹ ਉਹਨਾਂ ਨੇ ਕਹਿਤਾ ਕਿ ਅਸੀ ਤਾਂ ਬਾਈਡਨ ਸਾਹਿਬ ਨੇ ਕਹਿਤਾ ਉੱਥੇ ਜਾ ਕੇ ਕਿ ਜੋ ਉਥੇ ਆ ਰਿਹਾ ਸਾਡੇ ਕੋਲ ਜਾਣਗੇ ਅਸੀਂ ਦੇਵਾਂਗੇ ਤੁਹਾਨੂੰ ਕੋ ਹਮੇਸ਼ਾ ਦੁਨੀਆ ਦੇ ਵਿੱਚ ਗੱਲ ਕੀਤੀ ਜਾਂਦੀ ਕਿ ਅਸੀਂ ਫ੍ਰੀडम ਦੀ ਗੱਲ ਕਰਾਂਗੇ ਅਮਰੀਕਾ ਵੱਲੋਂ ਤੇ ਖਾਸ ਕਰਕੇ ਗੱਲ ਹੁੰਦੀ ਅਸੀਂ ਫ੍ਰੀडम ਦੀ ਗੱਲ ਕਰਾਂਗੇ ਓਕੇ ਫ੍ਰੀडम ਕਿਨੂੰ ਕਵਾਂਗੇ ਅਸੀਂ ਫ੍ਰੀडम ਇਹ ਦੁਜੀ ਦੁਜੀ ਲੜਾਈ ਨੂੰ ਫ੍ਰੀडम ਕਹਿੰਦੇ ਫ੍ਰੀडम ਕਿਦੇ ਵਾਸਤੇ ਤੁਹਾਡੇ ਵਾਸਤੇ ਫ੍ਰੀडम ਜਾਂ ਪੂਰੀ ਦੁਨੀਆ ਵਾਸਤੇ ਫ੍ਰੀडम ਇਹ ਕਹਿੰਦੇ ਵੀ ਅਸੀਂ ਮਲ ਮਾਰਾਂਗੇ ਪਤਾ ਕੀ ਕਰਦੇ ਆ ہتھیار ਦੇਂਦੇ ਉਹਨੂੰ ਜਦੋਂ ਵੇਚ ਦਿੱਤੇ ਸਾਰਾ ਕੁਝ ਹੋਇਆ ਉਹ ਜਿਹੜਾ ਇਹ ਬਜਟ ਦੇ ਦੇਣਾ ਪਿਆ ਤੁਹਾਡਾ ਪੈਸਾ ਨਹੀਂ ਦੇਣਾ ਤੇ ਅਸੀਂ ਆ ਗਏ ਅਸੀਂ ਇਹਨੂੰ ਆਕੂਪਾਈ ਕਰ ਲਾਂਗੇ ਜ਼ਮੀਨ ਸਾਡੀ ਆ ਜਦੋਂ ਵੀ ਕਿਸੇ ਚੀਜ਼ ਨੂੰ ਆਪਾਂ ਗਹਿਣੇ ਪਾਉਨੇ ਆ ਜਾਂ ਕਰਦੇ ਆ ਰਜਿਸਟਰੀ ਤਾਂ ਨਹੀਂ ਹੁੰਦੀ ਆਪਾਂ ਪੈਸੇ ਲੈ ਲੈਨੇ ਤੇ ਨਾਲੇ ਗਹਿਣੇ ਪੈਗੀ ਹੈਨਾ ਜਾਂ ਠੇਕੇ ਤੇ ਲੈ ਲੈਨੇ ਇਹ ਇਦਾਂ ਹੀ ਕਰਦੇ ਆ ਜਦੋਂ ਉਹਨਾਂ ਕੋ ਪੈਸਾ ਦੇ ਦਿੱਤਾ ਪੈਸੇ ਜੋ ਕਰਜ਼ਾਈ ਕਰ ਦਿੱਤੇ ਕਰਜ਼ਾਈ ਕਰਨ ਤੋਂ ਬਾਅਦ ਇਹਨਾਂ ਨੇ ਮਸਲਾ ਹੱਲ ਕਰਦਾ ਕਿ ਇਹ ਜ਼ਮੀਨ ਸਾਡੀ ਹੈ ਇਹ ਅਮਰੀਕਾ ਇਦਾਂ ਹੀ ਕਰਦਾ ਜਿੱਦਾਂ ਅਫਗਾਨਿਸਤਾਨ ਤੇ ਇੱਕੀ ਕਰਕੇ ਗਏ ਜਨ ਦੀ ਫੌਜ ਕੀ ਕੁਛ ਹੋਇਆ ਉੱਥੇ ਜਿੰਨਾ ਕੁਛ ਹੋਇਆ ਜਿੰਨਾ ਤਸ਼ੱਦਦ ਇਹਨਾਂ ਕੀਤਾ ਮਾਰਿਆ ਲੋਕਾਂ ਨੂੰ ਸਾਰਾ ਕੁਝ ਪਰ ਉਹਨਾਂ ਨੇ ਫਿਰ ਆਪਣਾ ਰਾਜ ਖੋਲਿਆ ਫਿਰ ਉੱਥੇ ਬੈਠੇ ਉਹ ਲੜਾਕੂ ਲੋਕ ਕਿਸੇ ਦੀ ਧਰਤੀ ਤੇ ਤੁਸੀਂ ਰਾਜ ਨਹੀਂ ਕਰ ਸਕਦੇ ਸਾਡੀ ਧਰਤੀ ਤੇ ਅੰਗਰੇਜ਼ ਕਿਤੇ ਕਰ ਗਏ ਕਿੰਨਾ ਕਰ ਗਏ ਜਿੰਨੇ ਕਰਨ ਤੋਂ ਬਾਅਦ ਫਿਰ ਵੀ ਲੋਕ ਜਾਗ ਗਏ ਇੱਥੋਂ ਦੇ ਹਨਾ ਜਿਹੜੇ ਘਰਾੜੇ ਮਾਰਦੇ ਸੀ ਉਹਨਾਂ ਦੇ ਘਰਾੜੇ ਟੁੱਟੇ ਸਾਰਾ ਕੁਝ ਹੋਇਆ ਤੇ ਅੰਗਰੇਜ਼ ਭੱਜੇ ਇਸੇ ਤਰ੍ਹਾਂ ਹੁੰਦਾ ਕਿਸੇ ਤੇ ਤੁਸੀਂ ਛੁਰਾ ਰੱਖ ਕੇ ਤੌਣ ਦੇ ਰਾਜ ਨਹੀਂ ਕਰ ਸਕਦੇ ਉਹਨਾਂ ਦੇ ਲੋਕਾਂ ਦੇ ਖੂਨਾਂ ਉਹ ਉਹ ਉਹਦਾ ਕੋਣ ਉਸੇ ਤਰ੍ਹਾਂ ਖੜੋ ਸਮਝਦਾਰ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੋ ਤਰੱਕੀ ਸ਼ਾਂਤੀ ਦੇ ਵਿੱਚ ਹੋ ਸਕਦੀ ਹੈ ਜੋ ਮਸਲੇ ਹੱਲ ਸ਼ਾਂਤੀ ਦੇ ਵਿੱਚ ਹੋ ਸਕਦੇ ਨੇ ਉਹ ਝਗੜੇ ਨਾਲ ਕੁਝ ਨਹੀਂ ਹੋਣਾ ਤੇ ਝਗੜੇ ਵਾਲੀ ਜਿਹੜੀ ਗੱਲ ਹੈ ਬੈਠ ਕੇ ਨਿਜੀਠੀ ਜਾ ਸਕਦੀ ਕਿਉਂਕਿ ਐਡੀ ਵੱਡੀ جنگ ਤੋਂ ਬਾਅਦ ਫਿਰ ਟੇਬਲ ਤੇ ਬੈਠਣਾ ਪੈਂਦਾ ਫਿਰ ਬੈਠ ਕੇ ਫਿਰ ਗੱਲਬਾਤ ਰਾਹੀਂ ਸੋਲਝਾਉਣਾ ਪੈਂਦਾ ਹੈ ਸਹਿਮਤੀ ਬਣਾ ਲੈਣੀ ਪੈਂਦੀ ਹੈ ਟੇਬਲ ਤੇ ਬੈਜੋ ਟੇਬਲ ਬਹੁਤ ਨੇ ਸਾਡੇ ਕੋਲ ਜਿੰਨੇ ਮਰਜ਼ੀ ਟੇਬਲ ਲੈ ਕੇ ਉੱਥੇ ਬੈਠੇ ਜਿੰਨੀ ਦੇਰ ਮਰਜ਼ੀ ਡਿਸਕਸ਼ਨ ਕਰੀ ਜਾਓ ਸੋ ਅੱਗੇ ਚੱਲਦੇ ਹਾਂ ਜੀ ਅੱਗੇ ਜੀ ਕਿ ਸਾਡੀ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਉਹ ਗਏ ਨੇ ਸ਼੍ਰੀ ਦਰਬਾਰ ਸਾਹਿਬ ਜੀ ਕਿ ਉੱਥੇ ਮੱਥਾ ਟੇਕਿਆ ਹਾਂ ਤੇ ਦੇਸ਼ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਕੀਤੀ ਬਾਬਾ ਜੀ ਦੇ ਅੱਗੇ ਜੀ ਜੀ ਉਹ ਕੱਲ ਆਏ ਸੀ ਦਰਬਾਰ ਸਾਹਿਬ ਔਰ ਉਹਨਾਂ ਨੇ ਉੱਥੇ ਮੱਥਾ ਟੇਕਿਆ ਲੰਗਰ ਛਕਿਆ ਔਰ ਭਗਵੰਤ ਮਾਨ ਜੀ ਵੀ ਉਹਨਾਂ ਨਾਲ ਸੀਗੇ ਹੋਰ ਵੀ ਨੇਤਾ ਨਾਲ ਸੀਗੇ ਔਰ ਜਿੰਨੇ ਵੀ ਰਾਸ਼ਟਰਪਤੀ ਸੌ ਚੁੱਕੜ ਤੋਂ ਬਾਅਦ ਆਪਾਦੀ ਧਾਰਨ ਕਰਨ ਤੋਂ ਬਾਅਦ ਦਰਬਾਰ ਸਾਹਿਬ ਜ਼ਰੂਰ ਮੱਥਾ ਟੇਕਣਾ ਹੁੰਦੇ ਆ ਨਾਤਮਸਤਕ ਹੁੰਦੇ ਆ ਔਰ ਉਹਨਾਂ ਨੇ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛਕਿਆ ਉੱਤੇ ਔਰ ਇੰਨਾ ਸੰਗਤ ਨਾਲ ਸੀ ਉਹਨਾਂ ਨੂੰ ਵੇਖਣ ਲਈ ਔਰ ਸਿਕਿਉਰਿਟੀ ਇੰਨੀ ਅੱਛੀ ਸੀ ਉੱਥੇ ਔਰ ਦਰਬਾਰ ਸਾਹਿਬ ਜਿਹੜਾ ਦੂਦ ਜਾ ਕੇ ਮੱਥਾ ਟੇਕ ਕਿ ਉਹਨਾਂ ਨੇ ਅਰਦਾਸ ਕੀਤੀ ਹੈ ਕਿ ਦੇਸ਼ ਵਿੱਚ ਸ਼ਾਂਤੀ ਆ ਜਾਏ ਔਰ ਦੇਸ਼ ਚੜ੍ਹਦੀ ਕਲਾ ਵਿੱਚ ਰਹੇ ਔਰ ਇਹਦੇ ਵਿੱਚ ਜਨਨਦੀ ਦੇ ਦੀ ਮਹਿਮ ਆ ਉਸ ਤੋਂ ਬਾਅਦ ਵੀ ਦਿਨ ਰਾਤ ਇਹ ਚੌਗਣੀ ਤਰੱਕੀ ਕਰੇ ਦੇਸ਼ ਔਰ ਬੜਾ ਵੱਡੀ ਅਰਦਾਸ ਕਰਕੇ ਤੁੰਗਿਆ ਫਿਰ ਦਰਗਾਣਾ ਮੰਦਰ ਸਾਹਿਬ ਵੀ ਗਏ ਉੱਥੇ ਮੱਥਾ ਟੇਕਿਆ ਫਿਰ ਰਾਮ ਤੀਰਥ ਨਾਲ ਲੱਗਦਾ ਉੱਥੇ ਮੱਥਾ ਟੇਕਿਆ ਉਸ ਤੋਂ ਬਾਅਦ ਇਨਾ ਨੇ ਫਿਰ ਕਿਹਾ ਸੀ ਕਿ ਜੋ ਪੰਜਾਬ ਵਿੱਚ ਮਸਲੇ ਨਹੀਂ ਹੱਲ ਹੋ ਰਹੇ ਜਾਂ ਜਿਹੜੇ ਲਟਕਦੇ ਮਸਲੇ ਆ ਭਗਵੰਤ ਮਾਨ ਜੀ ਨੂੰ ਕਿਹਾ ਕਿ ਤੁਸੀਂ ਮੇਰੇ ਕੋ ਆਓ ਔਰ ਉਹਦੇ ਵਿੱਚ ਅਸੀਂ ਉਹਦੇ ਲਈ ਮੈਂ ਸਾਲਵ ਕਰਨੀ ਬੈਠੀ ਹਾਂ ਉੱਤੇ ਔਰ ਤੁਸੀਂ ਕੰਫੀਡੈਂਸ ਲਓ ਪ੍ਰਧਾਨ ਮੰਤਰੀ ਨੂੰ ਮੈਂ ਵੀ ਉੱਤੇ ਨਾਲ ਆ ਔਰ ਪੰਜਾਬ ਵਿੱਚ ਆ ਕੇ ਉਹ ਬਹੁਤ ਉਹਨਾਂ ਨੂੰ ਖੇੜਾ ਮਿਲਿਆ ਔਰ ਬਹੁਤ ਉਹਨਾਂ ਨੂੰ ਚੰਗਾ ਲੱਗਿਆ ਕਿ ਪੰਜਾਬ ਹੈ ਜਿਨ੍ਹਾਂ ਦੀ ਮੈਂ ਗੱਲ ਸੁਣਦੀ ਸੀ ਜਾਂ ਉੱਥੇ ਵੀਡੀਓ ਵੇਖਦੀ ਸੀ ਸਾਰਾ ਕੁਝ ਹੈ ਪਰ ਇਹ ਲੋਕ ਕਿੰਨੇ ਮਲਾਪੜੇ ਆ ਔਰ ਇੱਥੇ ਕਿੰਨੇ ਧਾਰਮਿਕ ਸਥਾਨ ਆ ਜਿੱਥੇ ਗੁਰੂ ਦਾ ਪਲਾ ਉਪਦੇਸ਼ ਬਾਣੀ ਗੂੰਜਦੀ ਹੈ ਉੱਤੇ ਹਰਬਾਣੀ ਸਰਮਣ ਕੀਤੀ ਬੈਠ ਕੇ ਉਹਨਾਂ ਨੇ ਔਰ ਬੜਾ ਵੱਡੀ ਗੱਲ ਆ ਕਿ ਇੱਕ ਉੱਚ ਅਪਾਧੀ ਦਾ ਬੰਦਾ ਆ ਕੇ ਹੈਨਾ ਉੱਥੇ ਆ ਕੇ ਨਤਮਸਤ ਹੋ ਕੇ ਕਿ ਜ਼ਮੀਨ ਤੇ ਬੈ ਕੇ ਪ੍ਰਸ਼ਾਦਾ ਸ਼ਕਦਾ ਔਰ ਲੋਕਾਂ ਦੀ ਭਲੇ ਭਲੇ ਲਈ ਲੋਕਾਂ ਦੇ ਲਈ ਅਰਦਾਸ ਕਰਦਾ ਔਰ ਉਹ ਕਿਉਂਕਿ ਐਸ ਵੇਲੇ ਦੇਸ਼ ਦੇ ਬਾਦਸ਼ਾਹ ਨੇ ਹਿੰਦੁਸਤਾਨ ਦੇ ਰਾਜੇ ਨੇ ਔਰ ਉਹਨਾਂ ਨੇ ਇਹ ਤਮੰਨਾ ਕੀਤੀ ਕਿ ਮੈਂ ਦਰਬਾਰ ਸਾਹਿਬ ਜਾ ਕੇ ਪੰਜਾਬ ਦੀ ਸੁੱਖ ਮੰਗਾ ਪੂਰੇ ਦੇਸ਼ ਦੀ ਸੁੱਖ ਮੰਗਾ ਔਰ ਉਹਦੇ ਨਾਲ ਪੰਜਾਬ ਵਿੱਚ ਸ਼ਾਂਤੀ ਰਹੇ ਬਾਕੀ ਉਹਦੇ ਵਿੱਚ ਜੋ ਰੌਲਾ ਪਿਆ ਉਹ ਵੀ ਇਹਦੇ ਜਿੱਠਿਆ ਜਾਵੇ ਔਰ ਜਿਹੜਾ ਵੀ ਇੱਥੇ ਹੈ ਫੈਲ ਗਿਆ ਕੰਮ ਆ ਸ਼ਾਂਤੀ ਭੰਗ ਹੋ ਰਹੀ ਹੈ ਔਰ ਇਹ ਅਰਦਾਸ ਹਮੇਸ਼ਾ ਜਿਹੜੀ ਹੈਗੀ ਹੈ ਪੂਰੀ ਹੁੰਦੀ ਹੈ ਔਰ ਜੋ ਕਹਿ ਗਏ ਨੇ ਵਿਕ ਆਉਣ ਵਾਲੇ ਦਿਨਾਂ ਚ ਵਾਕਈ ਇਸ ਤਰ੍ਹਾਂ ਦਾ ਹੋਊਗਾ ਕਿਉਂਕਿ ਉਹਨਾਂ ਕੋ ਜ਼ਿੰਮੇਵਾਰੀ ਹੈ ਪੂਰੇ ਹਿੰਦੁਸਤਾਨ ਦੀ ਇੱਕ ਵਾਰੀ ਮੈਂ ਵੀ ਜਦੋਂ ਦਰਬਾਰ ਸਾਹਿਬ ਗਿਆ ਹਾਂ ਜੀ ਇੱਕ ਵਾਰੀ ਕਿਉਂਕਿ ਅਸੀਂ ਤੇ ਅਕਸਰ ਜਾਂਦੇ ਹਾਂ ਇੱਕ ਵਾਰੀ ਮੈਨੂੰ ਇਹ ਦੇਖਣ ਦਾ ਮੌਕਾ ਮਿਲਿਆ ਮੈਨੂੰ ਉੱਥੇ ਦੱਸਿਆ ਕਿਸੇ ਨੇ ਹਮ ਕਿ ਇੱਥੇ ਕਹਿੰਦੇ ਕਿ ਪਿਛਲੇ ਹਫਤੇ ਕੋਈ ਮੁੰਬਈ ਸਾਈਡ ਤੋਂ ਕੋਈ ਵੱਡਾ ਆਫੀਸਰ ਆਇਆ ਸੀ ਆਪਣੇ ਪਰਿਵਾਰ ਦੇ ਨਾਲ ਪਹਿਲੀ ਵਾਰ ਹਾਂ ਤੇ ਕਹਿੰਦੇ ਜਦੋਂ ਆਇਆ ਤੇ ਪੌੜੀਆਂ ਉਤਰ ਕੇ ਜਦੋਂ ਅੰਦਰ ਪਰਿਸਰ ਚ ਆਇਆ ਜਦੋਂ ਸਰੋਵਰ ਦੇ ਕੋਲ ਆਇਆ ਕਹਿੰਦੇ ਉੱਥੇ ਰੋਣ ਲੱਗ ਪਿਆ ਹੂੰ ਔਰ ਕਾਫੀ ਰੋਇਆ ਹਾਂ ਤੇ ਆਲੇ ਦੁਆਲੇ ਲੋਕਾਂ ਨੂੰ ਹੋਣਾ ਹੀ ਸੀ ਵੀ ਕੀ ਗੱਲ ਹੋ ਗਈ ਪਰਿਵਾਰ ਵੀ ਕੋਲ ਖੜਾ ਹਾਂ ਕਹਿੰਦਾ ਸਾਰੀ ਜ਼ਿੰਦਗੀ ਬਰਬਾਦ ਕਰ ਲਈ ਮੈਂ ਹਾਂ ਸਲੂਟਾਂ ਆਹ ਬੱਤੀ ਵਾਲੀਆਂ ਕਾਰਾਂ 66 62 ਇੱਥੇ ਆ ਕੇ ਮੈਨੂੰ ਮੇਰੀ ਔਕਾਤ ਪਤਾ ਲੱਗੀ ਹੈ ਕਿ ਮੈਂ ਹੈਗਾ ਕੀ ਬੰਦੇ ਨੂੰ ਬੰਦੇ ਦੀ ਔਕਾਤ ਉੱਥੇ ਪਤਾ ਲੱਗਦੀ ਆ ਆਤਮਿਕ ਸ਼ਾਂਤੀ ਮਿਲਦੀ ਹੈ ਨਾ ਤੁਹਾਡਾ ਅੰਦਰਲਾ ਐਗਜ਼ੈਕਟਲੀ ਇਹੀ ਬੋਲੇ ਆ ਝੰਜੋੜਿਆ ਜਾਂਦਾ ਨਾ ਮਨ ਕਿ ਮੈਂ ਇੰਨਾ ਵੱਡਾ ਕਿੱਦਾਂ ਲਈ ਬਣਿਆ ਵੱਡਾ ਤਾਂ ਗੁਰੂ ਆ ਜਿਨ੍ਹਾਂ ਨੇ ਸਾਰਾ ਕੁਝ ਸਾਡੇ ਲਈ ਰੱਖਿਆ ਜਿਨ੍ਹਾਂ ਨੇ ਕੋਈ ਇਸ ਤਰ੍ਹਾਂ ਦੀ ਸਾਨੂੰ ਲਾਲਚ ਲਈ ਨਹੀਂ ਕਿਹਾ ਕਿ ਲਾਲਚ ਨਾ ਕਰੋ ਉਹਨਾਂ ਨੇ ਕਿਹਾ ਕਿ ਤੁਸੀਂ ਰੱਬ ਦਾ ਨਾਮ ਲਓ ਬਲਕਾਰਜੀ ਜਦੋਂ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਨਾ ਜਦੋਂ ਸਰੋਵਰ ਦੇ ਕੋਲ ਖੜੇ ਹੋ ਕੇ ਦੇਖਦੇ ਹੋ ਸ੍ਰੀ ਹਰਿਮੰਦਰ ਸਾਹਿਬ ਵੱਲ ਤਾਂ ਉਹਨੂੰ ਆਪਣੇ ਕੀਤੇ ਕਰਮ ਯਾਦ ਆਂਦੇ ਨੇ ਸਹੀ ਗੱਲ ਹੈ ਮੈਂ ਕਿਦਾਂ ਦੇ ਕੰਮ ਕਰਦਾ ਰਿਆ ਹੂੰ ਕੀ ਕੀ ਮੈਂ ਕਰਤੂਤਾਂ ਕਰਦਾ ਰਿਆ ਉਹ ਸਾਰੀਆਂ ਚੇਤੇ ਆਉਂਦੀਆਂ ਨੇ ਬਿਲਕੁਲ ਬਿਲਕੁਲ ਬਾਬਾ ਦੀ ਚੇਤੇ ਕਰਵਾਉਂਦੇ ਨੇ ਹਾਂ ਕਿ ਆਹ ਤੇਰੇ ਕਰਮ ਰਹੇ ਨੇ ਤੇ ਆਹ ਤੂੰ ਕਰਦਾ ਰਿਆ ਬਿਲਕੁਲ ਹੁਣ ਸੁਧਰ ਜਾ ਹਾਂ ਹੁਣ ਮੇਰੇ ਕੋਲ ਆਇਆ ਤਾਂ ਸੁਧਰ ਜਾ ਇੱਥੇ ਆ ਕੇ ਇੱਥੇ ਅਰਦਾਸ ਕਰ ਤੇ ਵਚਨ ਦੇ ਕਿ ਅੱਗੇ ਤੋਂ ਇਹੋ ਜੀਆਂ ਕਰਤੂਤਾਂ ਨਹੀਂ ਕਰਨੀਆਂ ਤਾਂ ਉਦੋਂ ਬੰਦੇ ਦਾ ਫਿਰ ਰੋਣਾ ਨਿਕਲਦਾ ਕਿ ਮੈਂ ਕੀ ਕੀ ਕਰਤੂਤਾਂ ਕਰਦਾ ਰਿਆ ਅਕਬਰ ਤਾਂ ਮਹਾਨ ਬਾਦਸ਼ਾਹ ਤਾਂ ਹਿੰਦੁਸਤਾਨ ਚ ਕੋਈ ਨਹੀਂ ਹੋਇਆ ਸਕੰਦਰ ਤੋਂ ਬਾਅਦ ਅਕਬਰ ਹੀ ਹੋਇਆ ਅਕਬਰ ਜਦੋਂ ਆਏ ਆ ਗਵਨਦਵਾਲ ਸਾਹਿਬ ਅੱਗੇ ਵੀ ਆਪਾਂ ਜ਼ਿਕਰ ਕੀਤਾ ਜਦੋਂ ਆਏ ਆ ਗੁਰੂ ਅਮਰਦਾਸ ਜੀ ਨਾਲ ਉਹਨਾਂ ਨੇ ਮੇਲ ਬਲਾਪ ਕੀਤਾ ਉਹਨਾਂ ਗੁਰੂ ਜੀ ਨੇ ਕਹਿਤਾ ਕਿ ਤੁਸੀਂ ਸਭ ਤੋਂ ਪਹਿਲਾਂ ਪ੍ਰਸ਼ਾਦਾ ਸ਼ਕੋ ਲੰਗਰ ਚ ਆ ਕੇ ਉਹਨਾਂ ਨੂੰ ਉਹ ਮੰਨ ਗਏ ਲੰਗਰ ਚ ਬਹਿ ਕੇ ਉਹਨਾਂ ਨੇ ਪ੍ਰਸ਼ਾਦਾ ਛਕਿਆ ਉਹ ਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਉਹਨਾਂ ਗੁਰੂ ਸਾਹਿਬ ਨੂੰ ਕਿਹਾ ਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਨੂੰ ਕਿ ਮੈਨੂੰ 14 ਤਬਕਾਂ ਦੀ ਲੋ ਹੋ ਗਈ ਆ ਕਿ ਮੈਨੂੰ ਇਹਦਾ ਮਤਲਬ ਐਨਲਾਈਟਮੈਂਟ ਹੋ ਗਿਆ 14 ਲੋਕਾਂ ਦੀ ਹਾਂ ਜਦੋਂ ਮੈਂ ਬੈਠਾ 14 ਯੁਗ ਜਦੋਂ ਬੈਠਾ ਮੈਂ ਥੱਲੇ ਜ਼ਮੀਨ ਤੇ ਇੱਕ ਬਾਦਸ਼ਾਹ ਵੱਡੇ ਤਖਤੋਂ ਜ਼ਮੀਨ ਤੇ ਬੈਠੇਗਾ ਪਤਾ ਲੱਗੇਗਾ ਦੁਨੀਆ ਦਾ ਜਦੋਂ ਤੁਸੀਂ ਕਿਹਾ ਕੋਈ ਬੰਦਾ ਰੋਂ ਲਾ ਪਿਆ ਕਿ ਉਹਨੇ ਕਿਹਾ ਵੀ ਮੈਂ ਕਈ ਸਲੂਟ ਮਰਵਾਉਂਦਾ ਰਿਆਂ ਉਹਨੇ ਕਿਹਾ ਮੈਂ ਕਿਹੜੀ ਜ਼ਿੰਦਗੀ ਜੀ ਰਿਆਂ ਜ਼ਿੰਦਗੀ ਆਵਾ ਜ਼ਮੀਨ ਤੇ ਬਹਿ ਕੇ ਲੋਕਾਂ ਚ ਬਹਿ ਕੇ ਪ੍ਰਸ਼ਾਦਾਸ਼ਾਕੀ ਪਰੰਪਰਾ ਸਿੱਖ ਗੁਰੂ ਸਾਹਿਬਾਨ ਵੱਲੋਂ ਤੇ ਫਿਰ ਉਹਨਾਂ ਨੇ ਕਿਹਾ ਗੁਰੂ ਸਾਹਿਬਾਨ ਨੂੰ ਕਿ ਮੈਂ ਚਾਹਨਾ ਉਹਨਾਂ ਨੇ ਪੁੱਛਿਆ ਕਿ ਲੰਗਰ ਕਿਸ ਤਰ੍ਹਾਂ ਚੱਲ ਰਿਹਾ ਉਹ ਕਹਿੰਦੇ ਦਸਵੰਦ ਨਾਲ ਸਾਰੀ ਸੰਗਤ ਦੀ ਸਹਿਯੋਗ ਨਾਲ ਤੇ ਗੁਰੂ ਸਾਹਿਬ ਨੂੰ ਨੇ ਕਿਹਾ ਕਿ ਮੇਰੇ ਕੋ ਮੇਰੇ ਜ਼ਮੀਨ ਐ ਤੇ ਸਾਡੀ ਦਿੱਲੀ ਤਖਤ ਅਸੀਂ ਚਾਹੁੰਦੇ ਹਾਂ ਕਿ 500 ਕਿਲਾ ਜ਼ਮੀਨ ਜਿਹੜੀ ਆ ਇਹਦੇ ਨਾਂ ਤੇ ਲੰਗਰ ਦੀ ਸ਼ਰਦਾ ਤੇ ਜਿਹੜੀ ਲੰਗਰ ਦੇ ਕੰਮ ਕਾਜ ਤੇ ਕਰਦੀਏ ਸਾਰਾ ਖਰਚਾ ਉਤੋਂ ਨਿਕਲੂਗਾ ਗੁਰੂ ਸਾਹਿਬ ਨੇ ਕਿਹਾ ਨਹੀਂ ਇਹਦੇ ਨਾਲ ਇਹ ਦਸਵੰਧ ਨਾਲ ਚੱਲਣੀ ਆ ਜੋਨਾਂ ਜਿਹੜਾ ਪਾਓ ਤੁਸੀਂ ਕੰਟ੍ਰਿਬਿਊਟ ਕਰਨਾ ਤਾਂ ਆਪਣਾ ਦਸਵੰਧ ਹਿੱਸਾ ਤੋਂ ਪਾਓ ਔਰ ਚੱਲਣਾ ਹੈ ਅੱਗੇ ਵੀ ਚੱਲ ਰਿਹਾਗਾ ਫਿਰ ਉਹਨਾਂ ਨੇ ਬੀਬੀ ਪੰਨੀ ਜੀ ਦੇ ਨਾਂ ਤੇ ਕੋਈ ਜ਼ਮੀਨ ਲਈ ਜ਼ਮੀਨ ਲਾਤੀ ਉਹਨਾਂ ਨੇ ਆਪਣੀ ਧੀ ਸਮਝ ਕੇ ਉਹ ਐਕਸੈਪਟਡ ਹੋ ਗਈ ਫਿਰ ਗੁਰੂ ਰਾਮਦਾਸ ਜੀ ਨਾਲ ਉਹਨਾਂ ਦੀ ਸ਼ਾਦੀ ਹੋਈ ਜਦੋਂ ਅਮਰ ਅਮਰਸਰ ਦਰبار صاحب ਦੀ ਨਹੀਂ ਰੱਖੀ ਗਈ ਆ ਦਰਬਾਰ صاحب ਸ਼ੁਰੂ ਹੋ ਗਿਆ ਬਣਨਾ ਬੰਦ ਕਰ ਲਈ ਸਾਰਾ ਕੁਛ ਕੁਛ ਹਿੱਸਾ ਜ਼ਮੀਨ ਦਾ ਉੱਥੇ ਵੀ ਲੱਗਿਆ ਔਰ ਉਹਦੇ ਵਿੱਚ ਉਹ ਕਿਉਂਕਿ ਉਹ ਤੇ ਇੱਕ ਸੇਵਾ ਭਾਵਨਾ ਨਾਲ ਸੀਗਾ ਔਰ ਇਹ ਦੇਖੋ ਹਿਸਟਰੀ ਅੱਜ ਵੀ ਗੱਲ ਕਰਦੀ ਹੈ ਫਿਰ ਦਰਬਾਰ ਸਾਹਿਬ ਦੀ ਜਿਹੜਾ ਨਹੀਂ ਪੱਥਰ ਆ ਮੁਸਲਮ ਜਿਹੜੇ ਆ ਉਹ ਇੱਕ ਮੁਸਲਮ ਹੈ ਸੀਗੇ ਉਹਨਾਂ ਦੇ ਜਾਤੀ ਦੇ ਉਹਨਾਂ ਨੇ ਮੁਸਲਮ ਨੇ ਆਪ ਨਹੀਂ ਪੱਥਰ ਰੱਖਿਆ ਔਰ ਉਹ ਗੁਰੂ ਸਾਹਿਬ ਨੇ ਕਿਹਾ ਕਿ ਇਹਦੇ ਵਿੱਚ ਸਾਰੇ ਇਕ ਕੋਨੇ ਇਹਦੇ ਵਿੱਚ ਕੋਈ ਮੁਸਲਮ ਨਹੀਂ ਕੋਈ ਹਿੰਦੂ ਨਹੀਂ ਕੋਈ ਉਹ ਨਹੀਂਗਾ ਔਰ ਸਾਰਿਆਂ ਨੇ ਉਸੇ ਤਰ੍ਹਾਂ ਰੱਖਿਆ ਔਰ ਉਸ ਤੋਂ ਬਾਅਦ ਇਹ ਦੇਖੋ ਇਹ ਨਾ ਚਾਰ ਵਰਣਾ ਲਈ ਸਾਂਝਾ ਹੈ ਚਾਰ ਦਰਵਾਜ਼ੇ ਦਰਬਾਰ ਸਾਹਿਬ ਦੇ ਔਰ ਇਹਦੇ ਵਿੱਚ ਤਾਂ ਉਪਦੇਸ਼ ਹੀ ਵਧੀਆ ਮਿਲਦਾ ਉਪਦੇਸ਼ ਹੀ ਸਰਬੱਤ ਦੇ ਭਲੇ ਦਾ ਮਿਲਦਾ ਸਾਡੀ ਦੁਨੀਆ ਨੂੰ ਚੰਗੇ ਤਰੀਕੇ ਨਾਲ ਚੱਲਣ ਦਾ ਮਿਲਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਸ ਸਭ ਨੂੰ ਬਾਬਾ ਜੀ ਸਮੱਤ ਬਖਸ਼ਣ ਤੇ ਸਾਰੇ ਵਧੀਆ-ਵਧੀਆ ਕੰਮ ਕਰਨ ਇਹ ਹੀ ਅਰਦਾਸ ਹੈ ਵਾਹ ਤੇ ਆਪਾਂ ਅੱਗੇ ਵਧਦੇ ਹਾਂ ਸਿੱਧੂ ਮੂਸੇਵਾਲਾ ਮਾਮਲੇ ਤੇ ਵਿਧਾਨ ਸਭਾ ਦੇ ਵਿੱਚ ਤਿੱਖੀ ਬਹਿਸ ਹੋਈ ਹੈ ਤੇ ਕਾਂਗਰਸ ਨੇ ਬਾਊਕਾਟ ਕੀਤਾ ਸਦਨ ਵਿੱਚੋਂ ਬਾਊਕਾਟ ਕਰਕੇ ਕਾਂਗਰਸ ਦੀ ਪਾਰਟੀ ਬਾਹਰ ਚਲੀ ਗਈ ਹੈ ਆ ਇਹ ਮਾਮਲਾ ਬਹੁਤ ਕਾਫੀ ਲਟਕਦਾ ਰਿਹਾ ਸਿੱਧੂ ਮੂਸੇਵਾਲੇ ਦੇ ਜਿਹੜੇ ਕਤਲ ਦੇ ਬਾਰੇ ਚ ਔਰਤ ਵਿੱਚ ਸਰਕਾਰ ਲਈ ਜਿਹੜੀ ਹੈ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਬਹੁਤ ਤਰ੍ਹਾਂ ਇਸਤਾਂ ਤੇ ਸਵਾਲ ਕੀਤੇ ਆ ਜਿਹਦੇ ਵਿੱਚ ਉਹਨਾਂ ਕੋਈ ਕਈਆਂ ਦੇ ਜਵਾਬ ਦੇਣੇ ਔਖੇ ਵੀ ਹੋ ਗਏ ਉਹਦੇ ਵਿੱਚ ਵੜਿੰਗ ਸਾਹਿਬ ਨੇ ਵੀ ਕਿਹਾ ਔਰ ਵਿੱਚ ਵਰਤਾਪ ਸਿੰਘ ਬਾਜਵਾ ਔਰ ਸੁਖਪਾਲ ਖੈਰਾ ਉਹਨਾਂ ਦੀ ਆਪਸੀ ਨੋਕਚੋਕ ਬਹੁਤ ਚੱਲੀ ਔਰ ਸੁਖਪਾਲ ਖੈਰਾ ਨੇ ਕਿਹਾ ਕਿ ਜਿਹੜੀ ਤੁਹਾਡੇ ਕੋਲ ਇੱਥੇ ਤੁਸੀਂ ਇਹ ਕਰ ਰਹੇ ਜੇ ਪਰ ਜਿਹੜੀ ਟਵੀਟ ਕੀਤੀ ਹੈ ਤੁਸੀਂ ਜਿਸ ਨੂੰ ਸਕਿਉਰਟੀ ਵਿਡਰਾ ਕਰ ਲਈ ਹੈ ਪਰ ਉਹਦੇ ਚ ਜਨਤਕ ਕਰਨ ਦਾ ਕੀ ਮਤਲਬ ਸੀ ਲੋਕਾਂ ਨੂੰ ਪਤਾ ਦੱਸਣ ਦਾ ਸੀ ਕਿ ਵੀ ਸਕਿਉਰਟੀ ਉਹ ਕੋ ਹੈ ਨਹੀਂ ਕਿ ਹੁਣ ਜਦੋਂ ਮਰਜੀ ਉਹਦੇ ਤੇ ਕੋਈ ਇਸ ਤਰ੍ਹਾਂ ਦਾ ਹਮਲਾ ਕਰ ਦਿਓ ਇਸ ਦੇ ਬਾਰੇ ਚ ਇਸ ਇਸ਼ੂ ਤੇ ਬਹੁਤ ਰੌਲਾ ਪਿਆ ਫਿਰ ਕਾਂਗਰਸ ਜਿਹੜੀ ਵਾਕ ਆਊਟ ਹੋ ਗਈ ਇਸ ਕਰਕੇ ਕਿ ਉਹਨਾਂ ਦੀ ਗੱਲ ਨਹੀਂ ਸੀ ਸੁਣੀ ਜਾ ਰਹੀ ਬੇਸਿਕਲੀ ਸਿੱਧੂ ਮੂਸੇਵਾਲੇ ਨੇ ਇਲੈਕਸ਼ਨ ਲੜੀਏ ਟਿਕਟ ਲਈ ਉਹਨਾਂ ਨੇ ਔਰ ਕਾਂਗਰਸ ਵੱਲੋਂ ਉਹਨਾਂ ਨੇ ਇਹਦੇ ਵਿੱਚ ਇਲੈਕਸ਼ਨ ਲੜ ਕੇ ਔਰ ਜੇਤੂ ਵੀ ਰਹੇ ਆ ਔਰ ਉਹਦੇ ਵਿੱਚ ਸਾਰਾ ਕੁਝ ਕਰਕੇ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਦੇ ਫਾਦਰ ਨੇ ਕਿਹਾ ਕਿ ਜਿਹੜੀ ਕਾਂਗਰਸ ਆ ਉਹਨੂੰ ਵੀ ਚਾਹੀਦਾ ਕਿ ਸਾਡੀ ਹਮਾਇਤ ਕਰਨ ਕਿਉਂਕਿ 1 ਸਾਲ ਤੋਂ ਉੱਪਰ ਹੋ ਗਿਆ ਅਜੇ ਤੱਕ ਕੁਝ ਨਹੀਂ ਹੋਇਆ ਫਿਰ ਇਹ ਇਹਨਾਂ ਦਾ ਮਾਮਲਾ ਤੈਸੀਗਾ ਇਹਦੇ ਵਿੱਚ ਬਜਟ ਦਾ ਤੇ ਬਜਟ ਦੇ ਵਿੱਚ ਵੀ ਇਹਨਾਂ ਨੇ ਤਿਆਰੀ ਪੂਰੀ ਕੀਤੀ ਸੀ ਜਿਹੜੀ ਵਿਰੋਧੀ ਪਾਰਟੀਆਂ ਉਹਨਾਂ ਨੇ ਵੀ ਅੱਜ 11 ਵਜੇ ਜਿਹੜਾ ਬਜਟ ਪੇਸ਼ ਕਰ ਦਿੱਤਾ ਚੀਮਾ ਮੰਤਰੀ ਨੇ ਇਹਨਾਂ ਦੇ ਵਿੱਤ ਮੰਤਰੀ ਔਰ ਉਹਦੇ ਵਿੱਚ ਇਹਨਾਂ ਨੇ ਸਾਰਾ ਕੁਝ ਬਣਾਇਆ ਸੀ ਉਹਨਾਂ ਨੇ ਚੀਮਾ ਸਾਹਿਬ ਨੇ ਕਿਹਾ ਕਿ ਜਿਹਦੇ ਵਿੱਚ ਅਸੀਂ ਲੋਕਾਂ ਦੀ ਰਾਏ ਲਈ ਹੈ ਦੇ ਵਿੱਚ ਲੋਕਾਂ ਦੇ ਲਈ ਭਲੇ ਲਈ ਜੋ ਕੋਸ਼ਿਸ਼ ਕਰਨਾ ਚਾਹੁੰਦੇ ਸੀ ਜੋ ਟੈਕਸ ਕਰਨੇ ਆ ਉਹ ਸਾਰਾ ਕੁਝ ਹੈਗਾ ਉਹ ਅੱਜ ਅਖਬਾਰਾਂ ਚ ਆਜੂਗਾ ਕਿ ਕੀ ਕੁਝ ਹੋਇਆ ਉਹਦੇ ਵਿੱਚ ਪਰ ਜ਼ਿਆਦਾਤਰ ਤਲਖੀ ਰਹੀ ਹੈ ਇਸ ਕਰਕੇ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਲਈ ਕੁਝ ਵੀ ਨਹੀਂ ਕਰ ਸਕੀ ਸਰਕਾਰ ਸਾਲ ਹੋ ਗਿਆ ਅਜੀ ਉੱਥੇ ਦਾ ਉੱਥੇ ਸਾਰਾ ਕੁਝ ਹੈਗਾ ਨਾ ਕਿਸੇ ਨੂੰ ਪੜਿਆ ਨਾ ਇਹਦੇ ਵਿੱਚ ਦੋ ਦੋ ਮੁੰਡੇ ਤਾਂਗੇ ਮਾਰ ਦਿੱਤੇ ਪਤਾ ਉਹ ਵਿਚਾਰੇ ਉਹਦੇ ਵਿਚਾਰਾ ਅਨਵਾਲਵ ਸੀ ਜਨ ਜਾਣੇ ਇਹ ਇਨਕਾਊਂਟਰ ਕਰਕੇ ਉਸ ਤੋਂ ਬਾਅਦ ਦੋ ਗੌਂਦਵਾਲ ਸਾਹਿਬ ਉਹਦੇ ਚ ਜੇਲ੍ਹ ਚ ਮਾਰੇ ਗਏ ਔਰ ਇਹਦੇ ਵਿੱਚ ਜਿਹੜੇ ਬਾਕੀ ਆ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਆ ਉਹਨਾਂ ਦਾ ਕੋਈ ਪਤਾ ਨਹੀਂ ਵੀ ਕੌਣ ਕਿੱਥੇ ਤੇ ਕੀ ਹੈਗਾ ਜੇ ਤੱਕ ਖਲਾਰਾ ਪਿਆ ਪੂਰਾ ਕੋਈ ਵੀ ਕਿਸੇ ਪਿੰਨ ਪੜ ਨਹੀਂ ਹੋਇਆ ਔਰ ਨਾ ਜੁਡੀਸ਼ਰੀ ਕੋਈ ਕਰ ਸਕੀ ਆ ਨਾ ਪੁਲਿਸ ਨੇ ਕੁਝ ਕੀਤਾ ਹੈਗਾ ਤੇ ਨਾ ਜਿਹੜੇ ਪੁਲਿਸ ਦੇ ਹੈੱਡ ਨੇ ਜਾਦਵ ਜੀ ਜਿਹੜੇ ਡਾਇਰੈਕਟਰ ਜਨਰਲ ਪੁਲਿਸ ਨੇ ਪੰਜਾਬ ਦੇ ਉਹ ਵੀ ਅਜੇ ਤੱਕ ਕੋਈ ਉਹਨਾਂ ਕਨਕਲੂਡ ਨਹੀਂ ਕੀਤਾ ਔਰ ਇਹਦੇ ਵਿੱਚ ਇਹ ਲੱਗਦਾ ਕਿ ਮਾਮਲਾ ਲਟਕ ਗਿਆ ਇਹਦੇ ਵਿੱਚ ਨਹੀਂ ਕੁਝ ਕੀਤਾ ਉਹਨਾਂ ਨੇ ਹੁਣ ਉਹਨਾਂ ਨੇ ਕਿਹਾ ਉਹ ਕਹਿੰਦੇ ਕਿ ਅਸੀਂ ਆਪਣੇ ਬੇਟੇ ਦਾ ਤਾਂ ਨੁਕਸਾਨ ਆਪਣੇ ਦੁੱਖ ਅਸੀਂ ਸਹਾਰ ਰਹੇ ਹਾਂ ਪਰ ਉਹਦੇ ਵਿੱਚ ਬਾਕੀ ਲੋਕਾਂ ਦਾ ਬਾਕੀ ਮੁੰਡੇ ਨਾ ਮਾਰੇ ਜਾਣ ਜਿਸ ਗੈਂਗਵਾਦ ਆ ਗਿਆ ਜਿਸ ਵਿੱਚ ਕਈ ਗਰੁੱਪ ਆ ਗਏ ਆ ਫਿਰ ਇਹਦੇ ਵਿੱਚ ਹੋਰ ਵੀ ਮਰਦੇ ਜਾ ਰਹੇ ਆ ਧਮਕੀਆਂ ਆ ਰਹੀਆਂ ਲੋਕਾਂ ਨੂੰ ਪੈਸਾ ਇਕੱਠਾ ਕਰਨ ਦਾ ਕਈ ਕੁਝ ਹੋ ਗਿਆ ਉਹਨਾਂ ਨੇ ਕਿਹਾ ਕਿ ਇਹਦੇ ਤੇ ਕਾਬੂ ਪਾਓ ਉਹਨਾਂ ਦੇ ਫਾਦਰ ਨੇ ਕਿਹਾ ਉਹਨਾਂ ਨੇ ਕਿਹਾ ਅਸੀਂ ਨਹੀਂ ਤਾਂ ਉਹਨਾਂ ਨੇ ਕਿ ਧਮਕੀ ਦਿੱਤੀ ਸੀ ਕਿ ਐਸੀ ਨਹੀਂ ਤਾਂ ਪੰਜਾਬ ਹੀ ਛੱਡ ਜਾਵਾਂਗੇ। ਅੱਕਿਆ ਬੰਦਾ ਕੀ ਕਰੂਗਾ? ਹੁਣ ਆਪੋਜੀਸ਼ਨ ਤਾਂ ਚਲੋ ਕਹਿ ਰਹੀ ਹੈ ਕਰਨਾ ਬੰਦਾ ਵੀ ਉਹਨਾਂ ਦਾਗਾ। ਸਰਕਾਰ ਵੀ ਸੁੱਤੀ ਪਈ ਆ ਨਹੀਂ ਕੁਝ ਕਰ ਰਹੀ। ਇਹਦਾ ਮਤਲਬ ਇਹ ਹੈਗਾ ਕਿ ਜਦੋਂ ਤਾਂ ਪਹਿਲਾਂ ਸੌਂਗੀ ਸੀ, ਜਦੋਂ ਮਾਰ ਕੇ ਨਿਕਲਿਆ, ਦਿਨ ਦਿਹਾੜੇ ਮਾਰ ਕੇ ਗਏ ਆ ਔਰ ਉਹਨਾਂ ਦੀ ਗੱਡੀਆਂ ਫੜੀ ਗਈਆਂ, ਮੁੰਡਾ ਇੱਕ ਵੀ ਨਹੀਂ ਫੜੇਗਾ। ਵੈਪਨ ਲੈ ਕੇ ਆਏ ਉਦੋਂ ਪੁਲਿਸ ਕਿੱਥੇ ਸੀ? ਕਿਉਂ ਨਹੀਂ ਤਲਾਸ਼ੀ ਕੀਤੀ? ਕਿਧਰ ਦੀ ਆਏ ਆ? ਹੈ ਕਿ ਨਹੀਂ? ਨਹੀਂ ਤੇ ਬੋਨਟ ਉੱਛੇੜ ਕੇ ਖੋਲ ਕੇ ਸਾਰਾ ਕੁਝ ਵੇਂ ਦੇ ਵੀ ਕਿਧਰ-ਕਿਧਰ ਇਹਨਾਂ ਦਾ ਸਮਾਨ ਪਿਆ। ਉਹਨਾਂ ਦਾ ਕੋਈ ਵੀ ਚੀਜ਼ ਨਹੀਂ ਫੜੀ ਗਈ ਔਰ ਇਹਦੇ ਵਿੱਚ ਸਿਕਿਉਰਿਟੀ ਕੀ ਕਰਦੀ ਹੈ ਪੰਜਾਬ ਪੁਲਿਸ ਕੀ ਕਰਦੀ ਹੈ ਜੁਡੀਸ਼ਰੀ ਕੀ ਕਰਦੀ ਹੈ ਕਿਸੇ ਪਾਸੇ ਵੀ ਕੁਝ ਨਹੀਂ ਹੁਣ ਇਹ ਸਾਰਾ ਕੁਝ ਭਗੌਂਤ ਮਾਨਤ ਨਹੀਂ ਕਰਨਾ ਕਿ ਵਾ ਬੱਸ ਲੈ ਕੇ ਜਾਂ ਆਪ ਗੱਡੀ ਲੈ ਕੇ ਲੱਭਦਾ ਫਿਰੂਗਾ ਉਹ ਜੁਡੀਸ਼ਰੀ ਤੇ ਉਹਦੇ ਅੰਡਰ ਆ ਉਹ ਤੇ ਕੋਈ ਜਿਹੜੇ ਕੰਮ ਕਰਨ ਵਾਲੇ ਆ ਹੋਮ ਹੋਮ ਮਿਨਿਸਟਰਾਂ ਨੇ ਉਹਨਾਂ ਨੂੰ ਪਤਾ ਹੈਗਾ ਜਿੱਥੇ ਜਿਹੜਾ ਗ੍ਰਹਿ ਵਿਭਾਗ ਉਹਨਾਂ ਕੋਲ ਹੈ ਪਰ ਇਹਦੇ ਵਿੱਚ ਜਿਹੜਾ ਹੈੱਡ ਉਹ ਤਾਂ ਕੁਝ ਨਹੀਂ ਕਰ ਸਕਦਾ ਹੁਣ ਸਾਰਾ ਕੁਝ ਪ੍ਰਧਾਨ ਮੰਤਰੀ ਨੇ ਤੇ ਨਹੀਂ ਕਰਨਾ ਬ੍ਰਾਂਚਾਂ ਬਣਾਈਆਂ ਪੋਰਟਫੋਲੀਓ ਵੰਡੇ ਮਨਿਸਟਰਾਂ ਨੂੰ ਮਨਿਸਟਰ ਆਪ ਕੋ ਤੇ ਕਰ ਦਿੰਦੇ ਆ ਕਿਨੇ ਕਿੱਥੇ ਕੰਮ ਕੀ ਸੁਪਰਵੀਜ਼ਨ ਉਹਨਾਂ ਦੀ ਹੈਗੀ ਜ਼ਰੂਰੀ ਮੁੱਖ ਮੰਤਰੀ ਦੇ ਇੱਥੇ ਸੁਪਰਵੀਜ਼ਨ ਸਾਰੇ ਤੇ ਹੈਗੀ ਆ ਆਪਣੇ ਮੰਤਰੀ ਮੰਡਲ ਤੇ ਉੱਥੇ ਜਿਹੜੀ ਪ੍ਰਧਾਨ ਮੰਤਰੀ ਦੀ ਹੈਗੀ ਆ ਓਵਰ ਆਲ ਰਾਸ਼ਪਤੀ ਆ ਪਰ ਇਹਦੇ ਵਿੱਚ ਸਾਰੇ ਚੀਜ਼ਾਂ ਜਿਹੜੀਆਂ ਠੰਡੇ ਬਸਤੇ ਚ ਖੰਨਾ ਜੀ ਪਈਆਂ ਐਗਜ਼ੈਕਟਲੀ ਚਲੋ ਹੁਣ ਅੱਗੇ ਵਧੀ ਆਪਾਂ ਕੋਟਕਪੂਰਾ ਗੋਲੀ ਕਾਂਡ ਵਿੱਚ ਨਾਮਜ਼ਦ ਬਦਲ ਹਾਂ ਦੋ ਵੰਦਾ ਦੋਵੇਂ ਬਦਲ ਜੀ ਛੋਟਾ ਬਾਦਲ ਤੇ ਵੱਡਾ ਬਾਦਲ ਜੀ ਇਹਨਾਂ ਦੇ ਵਿੱਚ ਉਹਨਾਂ ਨੇ ਐਂਟੀਸੀਪੇਟਰੀ ਬੇਲ ਵਾਸਤੇ ਅਪਲਾਈ ਕਰ ਦਿੱਤਾ ਇਹ ਮਾਮਲਾ ਕਿੰਨੀ ਦੇਰ ਚੱਲਦਾ ਰਿਹਾ ਔਰ ਇਹਨਾਂ ਦਾ ਉਦੋਂ ਰਾਜ ਸੀਗਾ ਜਿਹਦੇ ਵਿੱਚ ਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀਗੇ ਤਰ ਜਿਹੜੇ ਉਪ ਮੁੱਖ ਮੰਤਰੀ ਇਹ ਸੀਗੇ ਸਖਬੀਰ ਬਾਦਲ ਜੀ ਔਰ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਇਹਨਾਂ ਨੇ ਉੱਥੇ ਦੱਸਿਆ ਸਖਬੀਰ ਬਾਦਲ ਜੰਦੇ ਪਤਾ ਕਰ ਲਓ ਮੈਂ ਤਾਂ ਇੱਥੇ ਹੀ ਨਹੀਂ ਉਦੋਂ ਮੈਂ ਤਾਂ ਕਹਿੰਦੇ ਉੱਥੇ ਪੰਜਾਬ 'ਚ ਹੈ ਹੀ ਨਹੀਂਗਾ ਮੈਂ ਤਾਂ ਮਤਲਬ ਨਹੀਂ ਪਤਾ ਲੱਗਿਆ ਇਹ ਪੁਲਿਸ ਅਫੀਸਰ ਜਿਹੜੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਗੋਲੀ ਲੀ ਕਿਹਾ ਹੈਗਾ ਜਿਨ੍ਹਾਂ ਨੇ ਕਿਹਾ ਔਰ ਗੋਲੀ ਚੱਲੀ ਆ ਜਿਹਦੇ ਵਿੱਚ ਟਰੈਕਟਰ ਚਰਨਲ ਪੁਲਿਸ ਹੋਣਗੇ ਔਰ ਉਹਦੇ ਵਿੱਚ ਸਾਰੇ ਜਿਹੜੇ ਪੁਲਿਸ ਦੇ ਅਫੀਸਰ ਸੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚ ਮਲੇਰ ਕੋਡ ਲਾ ਕਿਦਾਂ ਗੋਲੀ ਚਲਾਈ ਗਈ ਔਰ ਵੱਡੇ ਬਾਦਲ ਸਾਹਿਬ ਨੇ ਕਿਹਾ ਕਿ ਮੈਨੂੰ 베ਰੀ ਇਨਕੁਆਰੀਆਂ ਕਈ ਵਾਰੀ ਹੋ ਚੁੱਕੀਆਂ ਮੈਂ ਪੰਜ ਪੰਜ ਘੰਟੇ ਇਨਕੁਆਰੀ ਚ ਬੈ ਆਇਆ ਮੈਂ ਉਹਦੇ ਵਿੱਚ ਕੁਝ ਨਹੀਂ ਨਿਕਲਿਆ ਪਰ ਦੋਹਾਂ ਬਾਦਲਾਂ ਨੇ ਕਿਹਾ ਕਿ ਰੰਜਿਸ਼ ਹੈ ਇਹਦੇ ਵਿੱਚ ਸਿਆਸੀ ਜਿਹੜਾ ਬਦਲਾ ਵਾ ਇਹ ਬਦਲੇ ਦੀ ਭਾਵਨਾ ਨਾਲ ਇਹ ਰਿਵੈਂਜ ਫੁਲੀ ਚੱਲ ਰਿਹਾ ਹੈ ਉਹਨਾਂ ਦੇ ਇਹ ਬਿਆਨ ਹੈਗੇ ਪਰ ਉਹਨਾਂ ਨੇ ਐਂਟੀਸੀਪੇਟਰੀ ਵੀ ਇਹ ਲਾਤੀ ਕਿ ਜਦੋਂ ਪਹਿਲਾਂ ਉਹ ਸਾਨੂੰ ਕੈਦਨਾ ਕੀਤਾ ਜਾਵੇ ਉਹ ਆਪਣਾ ਇਸ ਵੇਲੇ ਉਹ ਇੱਕ ਪੱਖ ਰੱਖ ਗਿਆ ਪਰ ਦੇਖੋ ਇਹਦੇ ਵਿੱਚ ਜੋ ਕੁਝ ਜਨਤਾ ਨੂੰ ਵੀ ਪਤਾ ਹੈਗਾ ਇਹਦੇ ਵਿੱਚ ਕੀ ਜਾਤੀ ਹੋਈ ਹੈ ਕਿੰਨੇ ਜਾਨੀ ਜ਼ਿਆਦਾ ਕੀਤੀ ਹੈ ਔਰ ਪ੍ਰਦਰਸ਼ਨ ਕਰ ਰਹੇ ਤੇ ਗੋਲੀ ਚਲਾ ਕੇ ਅੰਨ੍ਹਾ ਤੋਂ ਦੀ ਬਹੁਤ ਲੋਕ ਮਾਰ ਦਿੱਤੇ ਗਏ ਉਹਨਾਂ ਦਾ ਕੋਈ ਵਾਰੀ ਵਾਰਛ ਨਹੀਂ ਬਣਿਆ ਕਿੰਨੇ ਮਾਰੇ ਕੌਣ ਕਿਹਦੀ ਗੋਲੀ ਚੱਲੀ ਹੈ ਔਰੇ ਅੰਦਾ ਤੋਂ ਫਾਇਰਿੰਗ ਜਦੋਂ ਹੁੰਦੀ ਹੈ ਨਾ ਪੰਜਾਬ ਵਿੱਚ ਉਦੋਂ ਬਾਕੀ ਤਾਂ ਲੋਕ ਲੁਕ ਜਾਂਦੇ ਆ ਉਹ ਤਾਂ ਘਰਾ ਘਰੀ ਪਹੁੰਚ ਜਾਂਦੇ ਆ ਜਿਹੜੇ ਮਰਨ ਵਾਲੇ ਵਿਚਾਰੇ ਉਹ ਉੱਥੇ ਆਉਂਦੇ ਜਾਂਦੇ ਦਾ ਪਰਿਵਾਰ ਹੁੰਦਾ ਬਿਲਕੁਲ ਠੀਕ ਹੈ ਬਾਕੀ ਲੋਕ ਭੱਜ ਜਾਂਦੇ ਆ ਭੀੜ ਭੜਕੇ ਚ ਕੁਝ ਨਹੀਂ ਪਤਾ ਕਿ ਕਿਹਨੂੰ ਮਾਰ ਦਿੱਤਾ ਗਿਆ ਚਲੋ ਹੁਣ ਜਾਂਦੇ ਜਾਂਦੇ ਨਾ ਇੱਕ ਦੋ ਲਾਈਨਾਂ ਚ ਇੱਕ ਵਧੀਆ ਗੱਲ ਕਰਕੇ ਚੱਲਦੇ ਆ ਜੀ ਪੰਜਾਬ ਦੇ ਵਿੱਚ ਹਜ਼ਾਰਾਂ ਕਾਸ਼ਤਕਾਰਾਂ ਨੂੰ ਮਿਲੇਗਾ ਜ਼ਮੀਨ ਮਾਲਕੀ ਦਾ ਹੱਕ ਬਿਲ ਪਾਸ ਹੋ ਗਿਆ ਰਾਸ਼ਟਰਪਤੀ ਸਾਹਿਬ ਨੇ ਮਨਜ਼ੂਰੀ ਦੇ ਦਿੱਤੀ ਵਾਹ ਇਹ ਬੜੀ ਵੱਡੀ ਖੁਸ਼ਖਬਰੀ ਹੈ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਜਿਹੜੇ ਕਾਸ਼ਤਕਾਰ ਪਹਿਲਾਂ ਜ਼ਮੀਨ ਵਾਹਦੇ ਰਹੇ ਜਿਨ੍ਹਾਂ ਨੇ 4-5 ਸਾਲ ਪਹਿਲਾਂ ਜ਼ਮੀਨਾਂ ਵਾਈਆਂ ਵਾ ਉਹਨਾਂ ਕੋ ਜ਼ਮੀਨਾਂ ਦੇ ਕਬਜ਼ੇ ਖੋਲੇ ਗਏ ਸੀਗੇ ਔਰ ਜ਼ਮੀਨਾਂ ਨੂੰ ਕਬਜ਼ਾ ਸੀਗਾ ਉਹਨਾਂ ਦੇ ਕਾਗਜ਼ ਪੱਤਰ ਨਹੀਂ ਸੀਗੇ ਪਰ ਇਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਉਹਦੇ ਕਾਸ਼ਤ ਕੀਤੀ ਹੈ ਜਨਨ ਜ਼ਮੀਨਾਂ ਨੂੰ ਆਬਾਦ ਕੀਤਾ ਜਿਨ੍ਹਾਂ ਨੇ ਫਸਲਾਂ ਗਾਈਆਂ ਜਿਨ੍ਹਾਂ ਨੇ ਉੱਤੇ ਵਧੀਰੇ ਝਾੜ ਲਿਆ ਉਹਨਾਂ ਦੇ ਲਈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਫਿਰ ਜ਼ਮੀਨਾਂ ਦਿੱਤੀਆਂ ਜਾਣ ਤਾਂ ਕਿ ਉਹਦੇ ਵਿੱਚ ਫਿਰ ਅੰਨ ਅੰਨ ਪੈਦਾ ਕੀਤਾ ਜਾਵੇ ਔਰ ਫਿਰ ਕੰਟਰੀਬਿਊਟ ਕੀਤਾ ਜਾਵੇ ਸੈਂਟਰ ਗਵਰਨਮੈਂਟ ਨੂੰ ਔਰ ਉਹਦੇ ਵਿੱਚ ਇਹ ਬਿੱਲ ਜਿਹੜੀ ਆਪਣੇ ਰਾਸ਼ਟਰਪਤੀ ਜੀ ਆਏ ਮਰਮੂ ਜੀ ਉਹਨਾਂ ਨੇ ਸਾਈਨ ਕਰ ਦਿੱਤੇ ਹੁਣ ਉਹ ਸਾਰਿਆਂ ਨੂੰ ਜਿਹੜੇ 2000 ਤੋਂ ਕੁਝ 2020 ਦੇ ਕਰੀਬ-ਕਰੀਬ ਲੋਕ ਹੈਗੇ 2200 ਦੇ ਕਰੀਬ ਲੋਕ ਹੈਗੇ ਉਹਨਾਂ ਨੂੰ ਇਹ ਸਾਰਿਆਂ ਨੂੰ ਜ਼ਮੀਨ ਮਿਲ ਜੁਗੀ ਔਰ ਇਹ ਇਸ ਵੇਲੇ ਦੀ ਸਰਕਾਰ ਨੇ ਆਪ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਅੱਛਾ ਕੰਮ ਕੀਤਾ ਕਿ ਜਿਹੜੇ ਵਿਚਾਰੇ ਵਾਂਝੇ ਹੋ ਗਏ ਸੀ ਜਿਸ ਤਰ੍ਹਾਂ ਇੱਥੇ ਤੁਹਾਨੂੰ ਪਤਾ ਹੈ ਕਿ ਜਲੰਧਰ ਦੇ ਵਿੱਚ ਕਬਜ਼ਾ ਤੋੜ ਕੇ ਉਹਨਾਂ ਦਾ ਲਤੀਪੂਰਾ ਦੇ ਵਿੱਚ ਘਰੀ ਤੋੜ ਦਿੱਤੇ ਸਾਰਾ ਕੁਝ ਹੋ ਗਿਆ ਵਿਚਾਰੇ ਸੜਕਾਂ ਦੇ ਬੈਠੇ ਆ ਉਹਨਾਂ ਨੇ ਵੀ ਕੁਝ ਸੋਚਣਾ ਚਾਹੀਦਾ ਜਿਹੜੇ ਬੇਜ਼ਮੀਨੇ ਨੇ ਉਹਨਾਂ ਨੇ ਵੀ ਸੋਚਣਾ ਚਾਹੀਦਾ ਤਾਂ ਕਿ ਲੋਕ ਆਪਣੀ ਰੋਜ਼ੀ ਰੋਟੀ ਤੇ ਲੱਗਣ ਤੇ ਲੋਕਾਂ 'ਚ ਸ਼ਾਂਤੀ ਆਵੇ ਵਿਹਲਾ ਮਨ ਸ਼ੈਤਾਨ ਦਾ ਚਰਖਾ ਨਾ ਬਣਾਉਣ ਤੇ ਤੇ ਲੜਾਈ ਝਗੜਾ ਰਹੂਗਾ ਗੋਲੀਆਂ ਚੱਲਦੀਆਂ ਤਦੇ ਹੈਗੇ ਆ ਕੰਮ ਕਰਦਾ ਬੰਦਾ ਨਹੀਂ ਲੜਦਾ ਕਿਸੇ ਨਾਲ ਵਿਹਲਾ ਹੀ ਲੜਦਾ ਉਹਨੂੰ ਲੜਾਈ ਦਾ ਚੇਤਾ ਆਉਂਦਾ ਕਉਕ ਇਸ ਕਰਕੇ ਖਿਜਿਆ ਲੜਦਾ ਹੈ ਨਾ ਮਿਹਨਤ ਕਰਦਾ ਬੰਦਾ ਨਾ ਸੋਨਾ ਬੜਾ ਲੱਗਦਾ ਦਾ ਥੋੜਾ ਰ ਨਾ ਇਸ ਕਰਕੇ ਮਿਹਨਤ ਕਰੋ ਸੋਹਣੇ ਸੋਹਣੇ ਲੱਗਦਾ ਅੱਛਾ ਪੁਆਇੰਟ ਲਿਆ ਤੁਸੀਂ ਐਂਡ ਤੇ ਆ ਕੇ ਅੱਛੀ ਗੱਲ ਆ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਕਹਾਂਗੇ ਕਿ ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਸਾਡਾ ਚੈਨਲ ਪੰਜਾਬ ਮੇਲ ਯੂ ਐਸ اے ਟੀਵੀ ਸਬਸਕ੍ਰਾਈਬ ਕਰੋ ਜੀ ਸਤਿ ਸ੍ਰੀ ਅਕਾਲ